ਆਪਾਂ ਜਾ ਸਿੱਧੇ ਰਹੇ ਆ ਬ੍ਰੇਕ ਮਾਰੀ ਤੇ ਪਿਛਲੇ ਪਾਸੇੋਂ ਗੱਡੀ ਜਿਹੜੀ ਐ ਸੱਜੇ ਪਾਸੇ ਨੂੰ ਫੋਰ ਐਗਜ਼ਾਮਪਲ ਸਕਿਡ ਕਰ ਗਈ ਉਦੋਂ ਕੀ ਕਰੀਏ ਜਿੱਦਨ ਨੂੰ ਆਪਾਂ ਲੈ ਕੇ ਜਾਣੀ ਆ ਕਾਰ ਐ ਆਪਾਂ ਨੂੰ ਉਦੋਂ ਨੂੰ ਸਟੀਅਰ ਕਰਨਾ ਚਾਹੀਦਾ ਜੋ ਡਰਦਾ ਤਾਂ ਹੀ ਹੋਲੀ ਜਾਂਦਾ ਡੈਲੀਗੇਟਿੰਗ ਕਦੇ ਨਾ ਕਰੋ ਕਿਉਂਕਿ ਜੇ ਅਗਲੇ ਵਹੀਕਲ ਨੇ ਕੰਟਰੋਲ ਲੂਜ਼ ਕਰ ਲਿਆ ਆਪਾਂ ਜਦੋਂ ਕਈ ਵਾਰੀ ਜ਼ਿਆਦਾ ਧਿਆਨ ਨਾਲ ਸੀਟ ਬਿਲਕੁਲ ਅੱਗੇ ਕਰਕੇ ਬਹਿ ਜਾਂਦੇ ਆਂ ਵੀ ਆਪਣੇ ਵੱਲੋਂ ਜ਼ਿਆਦਾ ਧਿਆਨ ਦੇਣੇ ਉਹਦੇ ਨਾਲ ਆਪਣਾ ਜਿਹੜਾ ਵਿਜ਼ਨ ਵੀ ਘਟ ਜਾਂਦਾ ਟਨਲ ਵਿਜ਼ਨ ਬਣ ਜਾਂਦਾ ਆਪ ਨੂੰ ਆਸੇ-ਪਾਸੇ ਨਹੀਂ ਦੇਖਦਾ ਇੱਕਦਮ ਰਸਤੇ ਦੇ ਵਿੱਚ ਹਿਲੀ ਟਰੇਨ ਵੀ ਆ ਗਈ 스ਨੋ ਪੈਣੀ ਸ਼ੁਰੂ ਹੋ ਗਈ ਤੇ ਫਿਰ ਅੱਗੇ ਜਾ ਕੇ ਆਪਾਂ ਕਿਤੇ ਰੁਕ ਰਹੇ ਆ ਉੱਥੇ ਵੀ ਜਿਹੜੇ ਉਹਦੇ ਕਨੈਕਸ਼ਨ ਦਾ ਵਾਇਰਸ ਆ ਉਹ ਠੀਕ ਹੈਗੀਆਂ ਟਾਈਟ ਹੈਗੀਆਂ ਉਹਨਾਂ ਤੇ ਕ੍ਰੀਜ਼ਨ ਤਾਂ ਨਹੀਂ ਲੱਗਿਆ ਹੋਇਆ ਤੇ ਜਿਹੜੀਆਂ ਬੈਲਟਸ ਹੈਗੀਆਂ ਆਲਟਰਨੇਟਰ ਦੀਆਂ ਵੀ ਉਹ ਠੀਕ ਆ ਵੀ ਫਾਲਿੰਗ ਡਿਸਟੈਂਸ ਕੀ ਚਾਹੀਦਾ ਸਪੀਡ ਕੀ ਹੁੰਦੀ ਆ ਉਹਨੇ ਪਤਾ ਹੁੰਦਾ ਇਹ ਮੇਨ ਕਾਰਨ ਆਪਣਾ ਐਕਸੀਡੈਂਟ ਦਾ ਨਾਰਮਲ ਕੰਡੀਸ਼ਨ ਚ ਆ ਜੇ ਆਪਾਂ ਕਾਰ ਚਲਾਉਣੇ ਆ ਫਾਲੋਇੰਗ ਡਿਸਟੈਂਸ ਚਾਹੀਦਾ 2 ਸੈਕਿੰਡ ਜਦੋਂ ਇਦਾਂ ਦੇ ਹਾਲਾਤ ਹੋਣ ਆਪਾਂ ਨੂੰ ਇਸ ਤੋਂ ਵੀ ਵਧਾ ਲੈਣਾ ਚਾਹੀਦਾ ਲਾਈਟਾਂ ਤੇ ਖਲੋਣੇ ਜਦੋਂ ਤੇ ਜਿਹੜੇ ਇੰਟਰਸੈਕਸ਼ਨ ਆ ਮੋਸਟਲੀ ਆ ਸਲਿਪਰੀ ਹੋ ਜਾਂਦੇ ਫਿਰ ਜਦੋਂ ਆਪਾਂ ਕਿਸੇ ਵਾਰੀ ਕਾਰ ਤੋੜਨ ਦੀ ਕੋਸ਼ਿਸ਼ ਕਰਦੇ ਆ ਮੜੀ ਜਿਹੀ ਹਿੱਲ ਹੋਵੇ ਕਾਰ ਚੱਲਦੀ ਨਹੀਂ ਉਹ ਟਾਇਰ ਸਪਿੰਨ ਕਰਦੇ ਰਹਿੰਦੇ ਉਸ ਕੇਸ ਚ ਕੀ ਆਪਾਂ ਨੂੰ ਫਿਰ ਪਹਿਲੇ ਗੇਅਰ ਚ ਕਰ ਲਓ ਕਾਰ ਨੂੰ ਵੀ ਅਧਿਓ ਜਿਆਦਾ ਡ라이ਵਰ ਇਦਾਂ ਦੇ ਆ ਜਿਨ੍ਹਾਂ ਨੇ ਆਪਣੀ ਜਿਹੜੀ ਹੈ ਕਿ ਵਿੰਡਸ਼ੀਲ ਵੀ ਕਲੀਨ ਨਹੀਂ ਕੀਤੀ ਜੇ ਤੇ ਟਿਕਟ ਵੀ ਆਈ ਜੇ ਤੁਹਾਡੇ ਮਿਰਰ ਨਹੀਂ ਕਲੀਨ ਤੁਹਾਡੀ ਵਿੰਡਸ਼ੀਲ ਨਹੀਂ ਕਲੀਨ ਜਾਂ ਤੁਹਾਡੀ ਲਾਇਸੈਂਸ ਪਲੇਟ ਵਿਜੀਬਲ ਹੈ ਨਹੀਂ ਜਦੋਂ ਸਮਝ ਲਓ ਹੁਣ ਪਲੱਸ 10 ਸੀਗਾ ਪਰਸੋਂ ਟੈਂਪਰੇਚਰ ਹਾਂਜੀ ਅੱਜ ਮਾਈਨਸ 10 ਆ 2 ਪੀਐਸਆਈ ਜੇ ਪ੍ਰੈਸ਼ਰ ਘਟ ਗਿਆ ਹਾਂਜੀ ਤੇ ਆਪਾਂ ਉਹ ਭਰ ਲਿਆ ਤੇ ਕੱਲ ਨੂੰ ਫੋਰ ਐਗਜ਼ਾਮਪਲ ਇੱਕ ਦਿਨ ਚ 30 30 ਡਿਗਰੀ ਦੀ ਵੇਰੀਏਸ਼ਨ ਹੋ ਜਾਂਦੀ ਆ ਫਿਰ ਜੇ ਉਹ ਵੱਧ ਗਿਆ ਟੈਂਪਰੇਚਰ ਤੇ ਜਿਹੜੀ ਹਵਾ ਫਿਰ ਹੋਰ ਜ਼ਿਆਦਾ ਨਹੀਂ ਹੋ ਚੁੱਕੀ ਆਟੋਮੈਟਿਕਲੀ ਮੇਰੇ ਨਾਲ ਸਾਡੇ ਸਟੂਡੀਓ ਦੇ ਵਿੱਚ ਪੰਜਾਬ ਡਰਾਈਵਿੰਗ ਅਕੈਡਮੀ ਦੇ ਡਾਇਰੈਕਟਰ ਸਰਤਾ ਸਿੰਘ ਪਨੂ ਸਾਹਿਬ ਗੱਲਬਾਤ ਦੇ ਲਈ ਸ਼ਾਮਿਲ ਹੋ ਚੁੱਕੇ ਨੇ ਜਦੋਂ ਵਿంటర్ ਦੀ ਆਮਦ ਹੁੰਦੀ ਹੈ ਭਾਵੇਂ ਕਿ ਅਜੇ ਔਰਮਲੀ ਵਿంటర్ ਦੀ ਆਮਦ ਜਿਹੜੀ ਉਹ ਦੂਰ ਹੈ ਪਰ ਕਿਉਂਕਿ ਜਦੋਂ ਸਨੋ ਪੈ ਜਾਂਦੀ ਹੈ ਤੇ ਵਿంటర్ ਕੰਡੀਸ਼ਨਸ ਬਣ ਜਾਂਦੀਆਂ ਨੇ ਸੋ ਹੁਣ ਅਸੀਂ ਵਿంటర్ ਕੰਡੀਸ਼ਨਸ ਦੇ ਵਿੱਚ ਐਂਟਰ ਹੋ ਚੁੱਕੇ ਆ ਤੇ ਇਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਡਰਾਈਵਿੰਗ ਭਾਵੇਂ ਉਹ ਸਾਡੇ ਆਪਣੇ ਵਹੀਕਲ ਹੋਣ ਟਰਾਂਸਪੋਰਟੇਸ਼ਨ ਵਹੀਕਲ ਹੋਣ ਤੇ ਭਾਵੇਂ ਜਿਹੜੀਆਂ ਸਾਡੀਆਂ ਕਾਰਾਂ ਨੇ ਉਹਨਾਂ ਦੀ ਗੱਲਬਾਤ ਹੈ ਉਹਨਾਂ ਨੂੰ ਕਿਵੇਂ ਚਲਾਉਣਾ ਉਹਨਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਤੇ ਇਹਨਾਂ ਦੀ ਵਿੰਟਰਾਈਜ਼ੇਸ਼ਨ ਕਿਵੇਂ ਕਰਨੀ ਆ ਉਹਦੇ ਬਾਰੇ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਸੋ ਪੰਨੂ ਸਾਹਿਬ ਦਾ ਸਵਾਗਤ ਕਰਦੇ ਆ ਜੀ ਪੰਨੂ ਸਾਹਿਬ ਜੀ ਅਨੁਸਾਰ ਸੱਚੀ ਗੱਲ ਜੀ ਅਨੁਸਾਰ ਸੱਚੀ ਗੱਲ ਸਰੋਤਿਆਂ ਨੂੰ ਜੀ ਮਿਹਰਬਾਨੀ ਮਿਹਰਬਾਨੀ ਪੰਨੂ ਸਾਹਿਬ ਗੱਲਬਾਤ ਨੂੰ ਨਾ ਤਿੰਨ ਹਿੱਸਿਆਂ ਦੇ ਵਿੱਚ ਵੰਡਣਾ ਚਾਹੋ ਨਾ ਹਾਂਜੀ ਜਦੋਂ ਹੁਣ ਮੌਸਮ ਬਰਫ਼ੀਲਾ ਹੋ ਗਿਆ ਹਾਂਜੀ ਸੋ ਇੱਕ ਮੈਂ ਸਮਝੂਗਾ ਕਿ ਆਪਾਂ ਤੁਰਨ ਤੋਂ ਪਹਿਲਾਂ ਹਾਂਜੀ ਕੀ ਦੇਖਣਾ ਤੁਰਦਿਆਂ ਕੀ ਦੇਖਣਾ ਤੇ ਤੁਰਦਿਆਂ ਜਿਹੜੇ ਆਪਣੇ ਫੋਰ ਐਗਜ਼ਾਮਪਲ ਦੇ ਟਰਾਂਸਪੋਰਟੇਸ਼ਨ ਗੱਡੀਆਂ ਦੀ ਟਰੱਕਾਂ ਦੀ ਗੱਲ ਕਰੀਏ ਜਿਹੜੇ ਸਾਡੇ ਟਰੱਕਰਸ ਚੱਲਦੇ ਨੇ ਉਹ ਰਸਤੇ 'ਚ ਜਦੋਂ ਕਿਤੇ ਖਲੋਂਦੇ ਨੇ ਤਾਂ ਖਲੋਂਦਿਆਂ ਉਹਨਾਂ ਨੇ ਉਹਨਾਂ ਨੂੰ ਕੀ ਟਿਪਸ ਦੇਣੀਆਂ ਚਾਹੋਗੇ ਕਿ ਜਦੋਂ ਖਲੋਣ ਤੋਂ ਗੱਡੀਆਂ 'ਚ ਕੀ ਕੀ ਚੀਜ਼ਾਂ ਉਸ ਵੇਲੇ ਚੈੱਕ ਕਰ ਲੈਣ ਕਿ ਜਿਹੜਾ ਅਗਲਾ ਸਫ਼ਰ ਹੈ ਉਹਨਾਂ ਦਾ ਉਹ ਵੀ ਇਸੇ ਤਰ੍ਹਾਂ ਸੀਫ ਰੋਬੀ ਠੀਕ ਹੈ ਜੀ ਸੋ ਆਪਾਂ ਇਸ ਹਿਸਾਬ ਦੇ ਨਾਲ ਗੱਲਬਾਤ ਨੂੰ ਜਿਹੜਾ ਆਪਣੀ ਨੂੰ ਸੈਗਰੀਗੇਟ ਕਰਾਂਗੇ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜੇ ਆਪਾਂ ਜਿਹੜੀਆਂ ਸਾਡੀਆਂ ਘਰੇਲੂ ਗੱਡੀਆਂ ਘਰਾਂ ਦੇ ਵਿੱਚ ਜਿਹੜੀਆਂ ਅਸੀਂ ਰੱਖੀਆਂ ਹੁੰਦੀਆਂ ਹਾਂ ਹਾਂਜੀ ਇਹਨਾਂ ਨੂੰ ਜੇ ਘਰੋਂ ਤੁਰਨ ਤੋਂ ਪਹਿਲਾਂ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਪਤਾ ਹੈ ਕਿ ਸਨੋ ਇੰਨੀ ਪੈ ਗਈ ਹੁਣ -15 16 ਡਿਗਰੀ ਟੈਂਪਰੇਚਰ ਵੀ ਹੋ ਜਾਣਾ ਸਨੋ ਵੀ 15 20 ਸੈਂਟੀਮੀਟਰ ਪਈ ਹੋਈ ਆ ਹਾਂਜੀ ਤੇ ਕੀ ਕੀ ਗੱਡੀ ਦੇ ਵਿੱਚ ਤੁਰਨ ਤੋਂ ਪਹਿਲਾਂ ਤੁਹਾਡਾ ਰੈਡੀ ਚਾਹੀਦਾ ਜਾਂ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਗੱਡੀ ਆਪਾਂ ਨੂੰ ਪਹਿਨਾ ਤਾਂ ਹੀ ਆ ਜਦੋਂ ਪਤਾ ਵੀ ਹੁਣ ਵਿੰਟਰ ਆਉਣ ਵਾਲੀ ਹੈ ਜੀ ਆਪਾਂ ਨੂੰ ਉਦੋਂ ਹੀ ਆਪਣੇ ਜਿਹੜੀ ਹੈਗੀ ਆ ਕਾਰ ਆ ਜਾਂ ਵਹੀਕਲ ਜੋ ਵੀ ਆ ਉਹਦਾ ਧਿਆਨ ਰੱਖਣਾ ਚਾਹੀਦਾ ਹੈ ਪਹਿਲਾਂ ਤੇ ਆ ਵੀ ਆਪਾਂ ਨੂੰ ਉਹਦੀ ਬੈਟਰੀ ਹੈ ਜਿਹੜੀ ਜਿਹਦੇ ਨਾਲ ਆਪਾਂ ਕਾਰ ਸਟਾਰਟ ਕਰਨੀ ਆ ਜੀ ਵੀ ਉਹ ਬੈਟਰੀ ਆਪਣੀ ਠੀਕ ਹੋਵੇ ਉਹਦੀ ਪਾਵਰ ਵਧੀਆ ਹੋਵੇ ਕਿਉਂਕਿ ਜਦੋਂ ਮੌਸਮ ਆਪਣਾ ਖਰਾਬ ਹੁੰਦਾ ਟੈਂਪਰੇਚਰ ਘਟਦਾ ਜੀ ਪਹਿਲੀ ਗੱਲ ਬੈਟਰੀ ਦੀ ਪਾਵਰ ਘਟ ਜਾਂਦੀ ਹੈ ਹੂੰ ਦੂਸਰੀ ਗੱਲ ਇਹ ਹੈ ਜਦੋਂ ਵਹੀਕਲ ਆਪਣਾ ਠੰਡਾ ਹੋਵੇ ਇੰਜਨ ਠੰਡਾ ਹੋਵੇ ਤੇ ਉਹਨੂੰ ਸਟਾਰਟ ਕਰਨ ਲਈ ਪਾਵਰ ਜ਼ਿਆਦਾ ਚਾਹੀਦੀ ਆ ਬਿਲਕੁਕੁਲ ਠੀਕ ਹਾਂ ਜੀ ਵੀ ਆਪਾਂ ਨੂੰ ਬੈਟਰੀ ਜਿਹੜੀ ਆ ਇਹ ਹੋਵੇ ਵੀ ਉਹ ਚ ਪੂਰੀ ਪਾਵਰ ਹੋਵੇ ਜੇ ਚੇਂਜ ਕਰਾਉਣ ਵਾਲੀ ਹੈਗੀ ਆ ਤਾਂ ਆਪਾਂ ਨੂੰ ਵਿੰਟਰ ਤੋਂ ਪਹਿਲਾਂ ਚੇਂਜ ਕਰ ਲੈਣੀ ਚਾਹੀਦੀ ਹੈ ਹਾਂ ਇਹ ਇੱਕ ਬੈਟਰੀ ਜਿਹੜੀ ਆ ਆਪਾਂ ਨੂੰ ਸਾਬ ਕਿੰਨੀ ਕੁ ਧੀਰ ਆਪਾਂ ਮੰਨ ਲੈਂਦੇ ਬੈਟਰੀ ਲਾਈਫ ਨਾਰਮਲ ਜਿਹੜੀਆਂ ਗੱਡੀਆਂ ਨੇ ਸਾਡੀਆਂ ਉਹਨਾਂ ਦੀ ਇੱਕ ਗੱਡੀ ਦੀ ਬੈਟਰੀ ਲਾਈਫ ਕਿੰਨੇ ਸਾਲ ਦੀ ਹੁੰਦੀ ਹੈ ਇਹ ਜੀ ਡਿਪੈਂਡ ਕਰਦਾ ਡੂਅਟ ਬੈਟਰੀ ਤੇ ਜਿਵੇਂ ਚੰਗਾ ਬ੍ਰਾਂਡ ਹੋਵੇ ਕਿਈ ਵਾਰੀ 4-5 ਸਾਲ ਵੀ ਆਰਾਮ ਨਾਲ ਕੱਢ ਜਾਂਦਾ अच्छा हां जी ठीक है सो 4-5 ਸਾਲ ਤੱਕ ਵੀ ਆਰਾਮ ਨਾਲ ਕੱਟ ਜਾਂਦਾ ਹੁਣ ਮੈਂ ਇੱਕ ਤੁਹਾਨੂੰ ਕੇਸ ਸਿਨੈਰੀਓ ਦੇਣਾ ਆਮ ਕਹਿੰਦੇ ਨੇ ਨਾ ਕਿ ਗੱਡੀ ਜਦੋਂ ਚੱਲਦੀ ਆ ਤੇ ਉਹਦੀ ਬੈਟਰੀ ਜਿਹੜੀ ਉਹ ਚਾਰਜ ਹੁੰਦੀ ਰਹਿੰਦੀ ਆ ਨਾਲ ਨਾਲ ਸੁਖੀਕ ਹੋ ਜਾਂਦੀ ਆ ਹਾਂ ਜੀ ਇਹ ਜੇ ਕਿਸੇ ਨੇ ਉਹਦੀ ਗੱਡੀ ਜਿਹੜੀ ਆ ਉਹ ਕਿਤੇ ਵੀ 60 70 ਦੀ ਸਪੀਡ ਤੋਂ ਵੱਧ ਜਾਣੀ ਨਹੀਂ ਹਾਂਜੀ ਹਾਂਜੀ ਤੇ ਨੰਬਰ 2 ਤੇ ਡਰਾਈਵ ਵੀ 6 7 ਮਿੰਟ ਦੀ ਇੱਕ ਪਾਸੇ ਦੀ ਹੈ ਤੇ 6 7 ਮਿੰਟ ਦੀ ਦੂਜੇ ਪਾਸੇ ਦੀ ਹੈ ਸਾਰੇ ਦਿਨ ਚ ਜੇਕਰ ਇਹੋ ਹੀ 14 15 ਕਿਲੋਮੀਟਰ ਗੱਡੀ ਚੱਲਦੀ ਹੈ ਤੇ ਸਪੀਡ ਵੀ ਨਹੀਂ ਕੋਈ ਫੜਦੀ ਤੇ ਉਹਦੇ ਨਾਲ ਉਹ ਬੈਟਰੀ ਚਾਰਜ ਹੁੰਦੀ ਹੈ ਹਾਂਜੀ ਬੈਟਰੀ ਚਾਰਜ ਹੁੰਦੀ ਰਹਿੰਦੀ ਹੈ ਕਿਉਂਕਿ ਬੈਟਰੀ ਨੇ ਤਾਂ ਜਿਹੜੇ ਉਹਦੇ ਵਹੀਕਲ ਦੇ ਆਪਣੇ ਇੰਜਨ ਦੇ ਆਰਪੀਐਮ ਆ ਉਹਦੇ ਨਾਲ ਚਾਰਜ ਹੋਣਾ ਹੈ ਜਦੋਂ ਉਹਨੇ ਚੱਲਣਾ ਹੈ ਨਾ ਛੋਟੇ ਗੇਅਰ ਚ ਆਰਪੀਐਮ ਜ਼ਿਆਦਾ ਹੁੰਦੇ ਆ ਸਪੀਡ ਭਾਵੇਂ ਘਟੋਣੇ ਫਿਰ ਵੀ ਚਾਰਜ ओके ਆਪਾਂ ਬਸ ਇਹ ਦੇਖਣਾ ਵੀ ਜਿਹੜੇ ਉਹਦੇ ਕਨੈਕਸ਼ਨ ਦਾ ਵਾਇਰਸ ਆ ਉਹ ਠੀਕ ਹੈਗੇ ਟਾਈਟ ਹੈਗੇ ਉਹਨਾਂ ਤੇ ਕੋਈ ਰੀਜ਼ਨ ਤਾਂ ਨਹੀਂ ਲੱਗਿਆ ਹੋਇਆ ਤੇ ਜਿਹੜੀਆਂ ਬੈਲਟਸ ਹੈਗੀਆਂ ਆਲਟਰਨੇਟਰ ਦੀਆਂ ਵੀ ਉਹ ਠੀਕ ਹਨ ਠੀਕ ਹੈ ਕਿਉਂਕਿ ਆਮੋ ਬੈਟਰੀਆਂ ਦੇ ਉੱਤੇ ਉਹ ਚਟਾ ਚਟਾ ਕਾਰਬਨ ਜਮ੍ਹਾਂ ਜਮ੍ਹਾਂ ਹੁੰਦਾ ਵੈਸੇ ਉਹ 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 ਇਹਨਾਂ ਸਰਦੀਆਂ ਦੇ ਵਿੱਚ ਕਰਦਾ ਮੈਟਰ ਹਾਂਜੀ ਹਾਂਜੀ ਆਪਣੀਆਂ ਬੈਟਰੀਆਂ ਕਲੀਨ ਹੋਣੀਆਂ ਚਾਹੀਦੀਆਂ ਬੈਟਰੀਆਂ ਕਲੀਨ ਹੋਣੀਆਂ ਚਾਹੀਦੀਆਂ ਹੈਡਲਾਈਟਸ ਦੀ ਵੀ ਗੱਲ ਫਿਰ ਆਪਾਂ ਵਾਈਪਰਸ ਦੀ ਵੀ ਕਰੀਏ ਫਿਰ ਗੱਡੀਆਂ ਦੇ ਵਿੱਚ ਫਲੂਇਡਸ ਵੀ ਹੋਣੇ ਚਾਹੀਦੇ ਆ ਹਾਂਜੀ ਜਿਉਂਨ ਆਪਾਂ ਜਦੋਂ ਫਿਰ ਕਾਰ ਆਪਾਂ ਉਹਦੀ ਬੈਟਰੀ ਚੈੱਕ ਕਰਦੇ ਹੁੱਡ ਖੋਲਕੇ ਆਪਾਂ ਫਿਰ ਜਿਹੜਾ ਉਹਦੇ ਫਿਊਲ ਲੈਵਲ ਉਹ ਵੀ ਚੈੱਕ ਕਰ ਲਈਏ ਚੰਗਾ ਹਣਾ ਕਿਉਂਕਿ ਜਿਹੜਾ ਕੂਲੈਂਟ ਆਪਾਂ ਨੂੰ ਸਰਦੀਆਂ ਚ ਆਂਟੀ ਫ੍ਰੀਜ਼ ਵੀ ਕਹਿੰਨੇ ਆ ਨਾ ਵੀ ਆਪਣੀ ਜਿਹੜੇ ਉਹਦਾ ਲੈਵਲ ਪੂਰਾ ਹੋਣਾ ਚਾਹੀਦਾ ਕਿਉਂਕਿ ਜੇ ਆਪਣਾ ਆਂਟੀ ਫ੍ਰੀਜ਼ ਦਾ ਲੈਵਲ ਪੂਰਾ ਜਿਹੜੀ ਕਾਰ ਦੀ ਹੀਟਿੰਗ ਉਹ ਵੀ ਫੇਰੀ ਤਾਂ ਹੀ ਵਰਕ ਕਰੂਗੀ ਹੂੰ 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 ਠੀਕ ਹੈ ਫਿਰ ਜਿਹੜਾ ਇੰਜਨ ਆਇਲ ਆ ਉਹ ਵੀ ਠੀਕ ਹੋਣਾ ਚਾਹੀਦਾ ਹੈ ਨਾ ਕਿਉਂਕਿ ਆਪਾਂ ਨੂੰ ਸਮੇਂ ਸਿਰ ਉਹਦੀ ਵੀ ਆਪਣਾ ਸਰਵਿਸ ਕਰਾਉਂਦੇ ਰਹਿਣਾ ਚਾਹੀਦਾ ਵੀ ਚੇਂਜ ਕਰਾਉਣਾ ਚਾਹੀਦਾ ਇਹ ਇੰਜਨ ਆਇਲ ਵੀ ਦੱਸੋ ਜੀ ਇੰਜਨ ਆਇਲ ਵੀ ਦੋ ਤਰ੍ਹਾਂ ਦੇ ਹੁੰਦੇ ਨਾ ਇੱਕ ਮੇਰੇ ਖਿਆਲ ਹੁੰਦਾ ਜਿਹੜਾ ਕਹਿੰਦੇ ਨੇ ਸਰਦੀਆਂ ਵਾਲਾ ਕੋਈ ਵੱਖਰਾ ਹੁੰਦਾ ਤੇ ਗਰਮੀਆਂ ਵਗੈਰਾ ਦੇ ਵਿੱਚ ਉਹਨਾਂ ਦਾ ਫ੍ਰੀਜ਼ਿੰਗ ਜਿਹੜਾ ਹੁੰਦਾ ਪੁਆਇੰਟ ਹੈ ਨਾ ਹਾਂਜੀ ਉਹ ਜਿਹੜਾ ਹੈਗਾ ਵੀ ਉਹ ਫ੍ਰੀਜ਼ ਨਾ ਹੋਵੇ ਐਂਟੀ ਫ੍ਰੀਜ਼ ਚਾਹੀਦਾ ਆਪਾਂ ਨੂੰ ਜਿਹੜਾ ਕੂਲੈਂਟ ਵੀ ਐਂਟੀ ਫ੍ਰੀਜ਼ ਥਿੰਗ ਜਨਾਈਲ ਵੀ ਐਂਟੀ ਫ੍ਰੀਜ਼ ਇਹ ਉਹ ਆ ਜਿਹੜਾ ਇੰਜਨ ਦੀ ਆਪਾਂ ਗੱਲ ਕਰਦੇ ਆ ਬ੍ਰੇਕਾਂ ਟਾਇਰ ਚੈੱਕ ਕਰਨ ਵਾਸਤੇ ਜਾਂ ਜਦੋਂ ਆਪਾਂ ਸੜਕ ਤੇ ਵੀ ਨਿਕਲਣਾ ਹਾਂਜੀ ਤੇ ਸਾਨੂੰ ਕਿੰਨਾ ਇੱਕ ਗੈਪ ਜਿਹੜਾ ਉਹ ਲੈ ਕੇ ਚੱਲਣਾ ਚਾਹੀਦਾ ਆਪਾਂ ਨੂੰ ਫਲੂਇਡ ਦੇ ਵਿੱਚ ਹਲੇ ਦੋ ਰਹਿ ਗਏ ਜਿਵੇਂ ਇੱਕ ਹੋ ਗਿਆ ਜੀ ਆਪਣਾ ਵਿੰਸ਼ਲ ਵਾਸ਼ਰ ਫਲੂਇਡ ਹਾਂ ਉਹ ਵੀ ਆਪਾਂ ਨੂੰ ਏਦਾਂ ਦਾ ਚਾਹੀਦਾ ਵੀ ਜਿਹੜਾ ਫ੍ਰੀਜ਼ ਨਾ ਹੋਵੇ ਠੀਕ ਹੈ ਹਾਂਜੀ ਵੀ ਉਹਦਾ ਤੇ ਦੂਸਰਾ ਮਿਲਦਾ ਹੀ ਮਾਰਕੀਟ ਜ ਮੇਰੇ ਖਿਆਲ ਉਹ ਹੀ -3 -4 ਹਾਂ ਜੀ ਕਿਉਂਕਿ ਆਪਾਂ ਵਿంటర్ ਦੇ ਆਪਣਾ ਸਮਰ ਦੇ ਵਿੱਚ ਜਿਹੜੇ ਬੱਗ ਵਾਸ਼ਰ ਹੁੰਦੇ ਉਹ ਲੈ ਲੈਣੇ ਆ ਉਹ ਪਾ ਲਈਦੇ ਉਹ ਪਰ ਫ੍ਰੀਜ਼ ਹੋ ਜਾਂਦੇ ਆ ਫਿਰ ਆਪਾਂ ਨੂੰ ਮੇਕ ਸ਼ੋਰ ਵੀ ਹੋ ਸਾਰਾ ਆਪਾਂ ਕਲੀਨ ਕਰਕੇ ਤੇ ਦੂਸਰਾ ਪਾਈਏ ਤੇ ਆਪਣੇ ਫਿਊਲ ਟੈਂਕ ਜਿਹੜਾ ਕਾਰ ਦਾ ਉਹ ਵੀ ਆਧਾ ਤੋਂ ਵੱਧ ਹੀ ਹੋਣਾ ਚਾਹੀਦਾ ਓਕੇ ਇਹਦੇ ਪਿੱਛੇ ਕੀ ਰੀਜ਼ਨ ਆ ਜੀ ਇੱਕ ਤਾਂ ਇਹ ਹੀ ਹੈ ਜੇ ਆਪਾਂ ਰਾਹ 'ਚ ਕਿਤੇ ਸਟਕ ਹੋ ਗਏ ਕੋਈ ਐਕਸੀਡੈਂਟ ਹੋ ਗਿਆ ਆਪਾਂ ਨੂੰ ਕਾਰ ਦੇ ਵਿੱਚ ਹੀਟ ਲੈ ਵੀ ਇੰਜਨ ਚਲਦਾ ਰੱਖਣਾ ਪੈਣਾ ਹੈ ਹੂੰ ਹੂੰ ਤੇ ਦੂਸਰਾ ਇਹ ਜੇ ਫਿਊਲ ਦਾ ਲੈਵਲ ਜਿੰਨਾ ਘਟਾ ਉਹਦੇ ਉੱਤੇ ਉਨੀ 에ਅ ਰੋਣੀ 에ਅਰ ਚ ਮੌਇਸਚਰ ਹੁੰਦਾ ਜੀ ਕਈ ਵਾਰੀ ਉਹ ਮੌਇਸਚਰ ਫ੍ਰੀਜ਼ ਹੋ ਕੇ ਤੇ ਆਪਣਾ ਜਿਹੜਾ ਵਹੀਕਲ ਉਹ ਬੰਦ ਵੀ ਹੋ ਜਾਂਦਾ ਇੱਕ ਚੀਜ਼ ਹੋਰ ਦੇਖਦੇ ਆਂ ਕਈ ਮੈਂ ਗੱਡੀਆਂ ਦੇ ਵਿੱਚ ਦੇਖਿਆ ਮੈਨੂੰ ਉਹਦੇ ਪਿੱਛੇ ਲੌਜੀਕ ਤੇ ਸਮਝ ਨਹੀਂ ਲੱਗਾ ਹੂੰ ਕਿ ਕੀ ਕਰਦੇ ਆ ਕਿ ਏਸੀ ਵੀ ਆਨ ਕੀਤਾ ਹੁੰਦਾ ਤੇ ਹੀਟ ਵੀ ਆਨ ਹੁੰਦੀ ਆ ਤੇ ਮਾਰੀ ਸ਼ੀਸ਼ੇ ਦੇ ਹੁੰਦੀ ਆ ਉਹ ਸਾਰੀ ਨਹੀਂ ਉਹਦੇ ਨਾਲ ਇਹ ਹੁੰਦਾ ਵੀ ਅੰਦਰ ਮੌਇਸਚਰ ਨਹੀਂ ਆਉਂਦਾ ओके okay, हां जी ठीक है सो हां हां ਜਦੋਂ ਆਪਾਂ ਕਈ ਕਰਾਂ ਜਦੋਂ ਆਪਾਂ ਡੀਪ ਫਰੋਸਟ ਤੇ ਕਰਦੇ ਆ ਉਹ ਆਪਣੇ ਆਪੇ ਅਸੀ ਆਨ ਹੋ ਜਾਂਦਾ ਹੈ ओके ठीक है सो ਇਹ ਦਾ ਕੋਈ ਉਹ ਅਸਰ ਨਹੀਂ ਪੈਂਦਾ ਇਹ ਉਲਟਾ ਹੈਲਪਫੁਲੀ ਹੈ ਹਾਂ ਜੀ ਹਾਂ ਜੀ ਠੀਕ ਹੈ ਸਰਦੀਆਂ ਦੇ ਵਿੱਚ ਰੱਖਣ ਵਾਸਤੇ ਨਾਲ ਸਰਦੀਆਂ ਦੇ ਵਿੱਚ ਇੱਕ ਵਿంటర్ ਕਿਟਸ ਜਿਹੜੀਆਂ ਆਉਂਦੀਆਂ ਉਹ ਵੀ ਹੁੰਦੀਆਂ ਇੱਕ ਬੈਟਰੀ ਬੂਸਟਰ ਜੇ ਵੀ ਆਉਂਦੇ ਹੁੰਦੇ ਸੀ ਉਹ ਕਿੰਨੇ ਕੁ ਜ਼ਰੂਰੀ ਨੇ ਅੱਜ ਕੱਲ ਉਹ ਜਿਹੜੀਆਂ ਤਾਰਾਂ ਜੀਆਂ ਲਾ ਕੇ ਆਪਾਂ ਕਿਸੇ ਕੋਲ ਪਲੱਗ ਇਨ ਕਰ ਲਈਦਾ ਜਦੋਂ ਬੂਸਟ ਲੈ ਲਈਦਾ ਹਾਂਜੀ ਇੱਕਦਾਂ ਉਹ ਤਾਂ ਚਾਹੀਦੀ ਹਨ ਜੇ ਬਾਈਚਾਂ ਤੁਹਾਡੀ ਬੈਟਰੀ ਡੈਡ ਹੋ ਗਈ ਆ ਕਈ ਵਾਰ ਆਪਾਂ ਕੀ ਹੁੰਦਾ ਵੀ ਕਰਦੇ ਆਪਾਂ ਬਲੂਰ ਚੱਲਦੇ ਰਹਿੰਦੇ ਆ ਹਨਾ ਲਾਈਟਸ ਆਨ ਹੁੰਦੀਆਂ ਆਪਾਂ ਉਦਾਂ ਬੰਦ ਕਰਦੇ ਨੇ ਸਵਿਚ ਆਨ ਹੁੰਦੀ ਆ ਕਈ ਵਾਰੀ ਬੈਟਰੀ ਡੈਡ ਹੋ ਜਾਂਦੇ ਕਈ ਵਾਰੀ ਵਿੰਟਰ ਚ ਵੈਸੇ ਵੀ ਬੈਟਰੀ ਛੇਤੀ ਡੈਡ ਹੋ ਜਾਂਦੀ ਹੈ ਅੱਛਾ ਜੀ ਉਹਦੇ ਕਰਕੇ ਜੇ ਆਪਣੇ ਕੋਲ ਬੂਸਟਰ ਕੇਬਲ ਹੋਣ ਤਾਂ ਵਧੀਆ ਹੈ ਕਿਉਂਕਿ ਫਿਰ ਆਪਾਂ ਉਹਨੂੰ ਬੈਟਰੀ ਨੂੰ ਦੁਬਾਰਾ ਚਾਰਜ ਕਰਕੇ ਕਾਰ ਸਟਾਰਟ ਕਰ ਸਕਦੇ ਆ ਪਰ ਆਪਾਂ ਨੂੰ ਬੂਸਟਰ ਕੇਬਲ ਨਾਲੋਂ ਅੱਜਕੱਲ ਬੈਟਰੀ ਬੈਂਕ ਮਿਲ ਜਾਂਦੇ ਆ इजीली ਅਵੇਲੇਬਲ ਆ ਸਟੋਰਾਂ 'ਚ ਅਜਿਹਾ ਦੇ ਫੋਨਾਂ ਦੇ ਬੈਟਰੀ ਹਾਂਜੀ ਬਾ ਉਦਾਂ ਕਿਤੇ ਹੁੰਦੇ ਆ ਨਾ ਚਾਰਜਰ 'ਚ ਹੁੰਦੇ ਆ ਅੱਛਾ ਜੀ ਉਹ ਛੋਟਾ ਜਿਹਾ ਹੁੰਦਾ 6 ਇੰਚ ਦਾ ਮਸਾ ਹੁੰਦਾ 6-7 ਇੰਚ ਦਾ ਅੱਛਾ ਤੇ ਉਹ ਕਾਰਚੀ ਜਿਹੜਾ ਹੁੰਦਾ ਚਾਰਜਰ ਉਹਦੇ ਨਾਲ ਚਾਰਜ ਹੋ ਜਾਂਦਾ ਤੇ ਫਿਰ ਕਾਰ ਨੂੰ ਸਟਾਰਟ ਵੀ ਕੋ ਕਰ ਦਿੰਦਾ ਇੱਕ ਵਾਰੀ ਵੀ ਉਹ ਮਰ ਸਮੇ ਚਾਰਜ ਕੀਤਾ ਘੱਟੋ ਘੱਟ 10-15 ਵਾਰੀ ਕਾਰ ਸਟਾਰਟ ਕਰ ਦਿੰਦਾ ਅੱਛਾ ਜੀ ਹਾਂਜੀ ਫਿਰ ਉਹਦੇ ਨਾਲ ਤੁਹਾਨੂੰ ਸੌਖਾ ਤੁਹਾਨੂੰ ਕਿਸੇ ਦੀ ਵੇਟ ਕਰਨ ਦੀ ਵੀ ਲੋੜ ਨਹੀਂ ਬਿਲਕੁਲ ਠੀਕ ਹੈ ਨੇ ਤੇ ਆਮ ਤਾਂ ਫਿਰ ਆਪਾਂ ਬੂਸਟ ਲੈਣ ਲਈ ਤੇ ਦੂਜੀ ਗੱਡੀ ਦੀ ਵੇਟ ਕਰਦੇ ਰਹਿਨੇ ਆ ਵੀ ਆ ਕੋਈ ਆਵੇ ਤਾਂ ਮੈਂ ਉਹਦੇ ਕੋਲ ਬੂਸਟ ਲਵਾ ਹਾਂਜੀ ਹਾਂਜੀ ਜਿਹੜੇ ਸਾਡੇ ਗੱਡੀਆਂ ਦੇ ਬਲੇਡ ਹੁੰਦੇ ਨੇ ਵਾਈਪਰਸ ਦੇ ਹਾਂਜੀ ਇਹ ਇਹ ਕੀ ਪਰ ਮਨਾ ਲੈ ਕੇ ਚੱਲੀਏ ਕਿ ਇਹ ਬਲੇਡ ਹੁਣ ਜਿਹੜੇ ਆ ਬਦਲਣ ਵਾਲੇ ਹੋਏ ਜੇ ਜਦੋਂ ਆਪਾਂ ਕਾਰ ਜਦੋਂ ਇਹਨੂੰ ਸਾਫ਼ ਕਰਦੇ ਆ ਵਾਸ਼ ਹਨਾ ਬੈਂਡ ਸ਼ੀਲਡ ਨੂੰ ਉਹਦੇ ਤੇ ਜਦੋਂ ਲਾਈਨਾਂ ਹੀ ਮਰਨ ਲੱਗ ਪੈਂਦੇ 뎃 ਮੀਨ ਜਿਹੜੇ ਉਹਨਾਂ ਦੇ ਬਲੇਡ ਆ ਉਹ ਖਰਾਬ ਹੋ ਗਏ ਬਾਕੀ ਜਿਹੜੇ ਵਾਈਪਰ ਹੁੰਦੇ ਇਹ ਵੀ ਦੋ ਤਰ੍ਹਾਂ ਦੇ ਹੁੰਦੇ ਇੱਕ ਤਾਂ ਹੁੰਦੇ ਆ 올 ਸੀਜ਼ਨ ਹਨਾ ਇੱਕ ਵਿੰਟਰ ਵਾਲੇ ਸਪੈਸ਼ਲ ਹੁੰਦੇ ਉਹਨਾਂ ਤੇ ਰਬੜ ਚੜੀ ਹੁੰਦੀ ਹੈ ਉਹਦੇ ਤੇ ਫਿਰ ਜਿਹੜੀ ਆਪਣੀ ਆਈਸ ਜੰਮ ਜਾਂਦੀ ਆ ਬਲੇਡ ਦੇ ਉੱਤੇ ਉਹ ਨਹੀਂ ਜੰਮਦੀ ਹਾਂ ਜੀ ਆਪਾਂ ਵਿੰਟਰ ਵਾਲੇ ਪਾਈਏ ਤਾਂ ਉਹ ਬੈਟਰ ਆ ਪਰ ਉਹ ਵਿੰਟਰ ਵਾਲੇ ਜਿਹੜੇ ਵਾਈਪਰ ਬਲੇਡ ਹੁੰਦੇ ਉਹ ਹੈਵੀ ਹੁੰਦੇ ਆ ਭਾਰੇ ਹੁੰਦੇ ਆ ਓਕੇ ਹਾਂ ਪਰ ਉਹ ਫਿਰ ਆਪਾਂ ਨੂੰ ਇਹ ਵੀ ਹੁੰਦਾ ਵੀ ਆਪਾਂ ਫਿਰ ਉਹਨਾਂ ਨੂੰ ਚੇਂਜ ਵੀ ਕਰਦੀ ਆ ਸਮਰ ਦੇ ਵਿੱਚ ਕਿਉਂਕਿ ਨਹੀਂ ਉਹਦੇ ਨਾਲ ਕੀ ਹੁੰਦਾ ਜਿਹੜੀ ਵਾਈਪਨ ਵਾਲੀ ਮੋਟਰ ਹੁੰਦੀ ਆ ਉਹਦੇ ਤੇ ਲੋਡ ਜ਼ਿਆਦਾ ਪੈਂਦਾ ਓਕੇ ਫਿਰ ਵਿੰਟਰ ਦੇ ਵਿੱਚ ਉਹ ਲੋਡ ਜਿਹੜਾ ਉਹ ਚੱਲ ਜਾਂਦੀ ਆ ਹਾਂਜੀ ਫਿਰ ਉਦੋਂ ਫਿਰ ਆਪਣੀ ਮਜਬੂਰੀ ਵੀ ਹੁੰਦੀ ਆ ਕਿਉਂਕਿ ਆਪਾਂ ਨੂੰ ਵਿਜ਼ਿਬਿਲਟੀ ਵੀ ਚਾਹੀਦੀ ਆ ਹਨਾ ਕਿਉਂਕਿ ਮੇਨ ਉਹਦੇ ਹੈਗਾ ਜਿਵੇਂ ਆਪਾਂ ਨੂੰ ਟਾਇਰ ਵੀ ਆਪਾਂ ਜਿਵੇਂ ਚੇਂਜ ਕਰਦੇ ਆ ਹਾਂਜੀ ਅੰਨਿ ਆਪਾਂ ਵਿੰਟਰ ਦੇ ਵਿੱਚ ਪਾ ਲਈਦੇ ਆਪਾਂ ਵਿੰਟਰ ਟਾਇਰ ਜਿਹੜੇ ਸਨੋ ਟਾਇਰਸ ਹੁੰਦੇ ਆ ਤੇ ਅੱਜਕੱਲ ਸਟਾਟਜ਼ ਵਾਲੇ ਟਾਇਰ ਵੀ ਆਉਂਦੇ ਆ ਉਹਦੇ ਨਾਲ ਅਟ੍ਰੈਕਸ਼ਨ ਜ਼ਿਆਦਾ ਬਣਦੀ ਹੈ ਜੀ 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 ਪਰ ਉਹੀ ਜਦੋਂ ਆਪਾਂ ਸਮਰ ਆਉਂਦੀ ਆਪਾਂ ਚੇਂਜ ਕਰਦੇ ਆ ਕਿਉਂਕਿ ਉਹਦੇ ਨਾਲ ਅਟ੍ਰੈਕਸ਼ਨ ਜ਼ਿਆਦਾ ਹੁੰਦੀ ਹੈ ਫਿਰ ਆਪਣੀ ਜਿਹੜੀ ਮਾਈਲੇਜ ਘਟਦੀ ਹੈ ਉਹਦੇ ਨਾਲ ਸਾਊਂਡ ਵੀ ਡਿਫਰੈਂਟ ਆਉਂਦੀ ਹੈ ਨਾ ਇੰਜਨ ਦਾ ਵੀ ਜ਼ੋਰ ਜ਼ਿਆਦਾ ਲੱਗਦਾ ਹੈ ਹੂੰ 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 ਪੰਨੂ ਸਾਹਿਬ ਇੱਕ ਗੱਲ ਹੋਰ ਦੱਸੋ ਜਿਹੜੀਆਂ ਜਦੋਂ ਹੁਣ ਸਨੋ ਹੁੰਦੀ ਆ ਆਪਾਂ ਦੇਖਦੇ ਆ ਅੱਜਕੱਲ ਜਿਹੜੀਆਂ ਗੱਡੀਆਂ ਵੈਸੇ ਨਵੀਆਂ ਆਉਂਦੀ ਆਨ ਹੋ ਜਾਂਦੀਆਂ ਨੇ ਹੁੰਦਾ ਤਾਂ ਪਰ ਜਦੋਂ ਹੁਣ ਕੱਲ ਜਿੱਦਾਂ ਹੀਜ਼ੀ ਸੀ ਸਾਰਾ ਕੁਝ ਦਿਸਦਾ ਨਹੀਂ ਸੀ ਇੰਨਾ ਕੁਝ ਵੀ ਕੀ ਸਾਨੂੰ ਗੱਡੀਆਂ ਦੇ ਜਿਹੜੀਆਂ ਹੈਡਲਾਈਟਾਂ ਨੇ ਉਹ ਆਪ ਵੀ ਆਨ ਕਰ ਦੇਣੀਆਂ ਚਾਹੀਦੀਆਂ ਜੇ ਕਰੀਏ ਤੇ ਕੀ ਉਹਨਾਂ ਨੂੰ ਫਿਰ ਉਹਨਾਂ ਦਾ ਹਾਈ ਬੀਮ ਚਾਹੀਦਾ ਜਾਂ ਲੋ ਬੀਮ ਚਾਹੀਦਾ ਹੁਣ ਜਿਹੜੀਆਂ ਲਾਈਟਸ ਹੈਗੀਆਂ ਜਿਹੜੇ ਕਿ ਤਾਂ ਆਪਣੇ ਜਿਹੜੀਆਂ ਡੇ ਟਾਈਮ ਰਨਿੰਗ ਲਾਈਟ ਹੁੰਦੀਆਂ ਹਨ ਹਾਂਜੀ ਤੇ ਉਹਦਾ ਤਕਰੀਬਨ ਸਾਰੀਆਂ ਕਾਰਾਂ ਦੇ ਹੈਗੀਆਂ ਜਦੋਂ ਆਪਾਂ ਸਟਾਰਟ ਕਰਦੇ ਆਨ ਹੋ ਜਾਂਦੀਆਂ ਪਰ ਜੇ ਆਪਾਂ ਐਕਚੁਅਲ ਲਾਈਟ ਜਿਹੜੀਆਂ ਹੈਡਲਾਈਟਸ ਔਨ ਕਰੀਏ ਜੀ ਉਹ ਬਿਹਤਰ ਹੈ ਕਿਉਂਕਿ ਇੱਕ ਤਾਂ ਉਹਨਾਂ ਦੀ ਲਾਈਟ ਜ਼ਿਆਦਾ ਹੁੰਦੀ ਹੈ। ਦੂਸਰਾ ਜਦੋਂ ਆਪਾਂ ਹੈਡਲਾਈਟ ਔਨ ਕਰਦੇ ਆਂ ਜਿਹੜੀਆਂ ਆਪਣੀਆਂ ਪਿਛਲੀਆਂ ਟੇਲ ਲਾਈਟਸ ਹੁੰਦੀਆਂ ਉਹ ਵੀ ਔਨ ਹੋ ਜਾਂਦੀਆਂ ਨਾਲ। ਕਿਉਂਕਿ ਆਪਾਂ ਇਹ ਨਹੀਂ ਵੀ ਆਪਾਂ ਹੀ ਦੇਖਣਾ ਲਾਈਟਾਂ ਨਾਲ ਆਪਣੀਆਂ ਲਾਈਟਾਂ ਇਹ ਵੀ ਲੋਕ ਵੀ ਆਪਾਂ ਨੂੰ ਦੇਖ ਲੈਣ। ਜੀ 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 ਜਿਹਦੇ ਆਪਣਾ ਵੈਦਰ ਬੈਡ ਆ ਉਦੋਂ ਆਪਣੀਆਂ ਲਾਈਟਸ ਔਨ ਹੋਣੀਆਂ ਚਾਹੀਦੀਆਂ ਸਾਰੀਆਂ। ਤੇ ਇਹਦਾ ਬੀਮ ਦਾ ਵੀ ਕੋਈ ਫਰਕ ਪੈਂਦਾ ਹਾਈ ਬੀਮ ਲੋ ਬੀਮ ਹਾਂਜੀ ਆਪਾਂ ਨੂੰ ਜਦੋਂ ਵੈਦਰ ਬੈਡ ਆ ਉਦੋਂ ਲੋ ਬੀਮ ਰੱਖਣਾ ਚਾਹੀਦਾ ਇਹ ਬਹੁਤ ਲੋਕਾਂ ਨੂੰ ਨਹੀਂ ਪਤਾ ਹਾਂਜੀ ਬਹੁਤ ਲੋਕ ਸੋਚਦੇ ਆ ਕਿ ਜਦੋਂ ਵੈਦਰ ਬੈਡ ਆ ਮੀਂਹ ਆ ਜਾਂ 스ਨੋ ਪੈ ਰਹੀ ਆ ਹਨਾ ਉਦੋਂ ਹਾਈ ਬੀਮ ਕਰੋ ਉਹਦੇ ਨਾਲ ਵਿਜ਼ਿਬਿਲਟੀ ਜ਼ਿਆਦਾ ਹੁੰਦੀ ਆ ਪਰ ਇਹ ਹੁੰਦਾ ਜਦੋਂ ਵਾਟਰ ਪਾਰਟੀਕਲ ਜਿਹੜੇ ਹੁੰਦੇ ਆ ਹਨਾ ਹਾਂਜੀ ਜਦੋਂ ਆਪਣੀ ਲਾਈਟ ਉਹਨਾਂ ਨੂੰ ਹਿੱਟ ਕਰਦੀ ਆ ਉਹ ਰਿਫਲੈਕਟ ਹੋ ਕੇ ਆਪਣੇ ਤੇ ਹੀ ਆਉਂਦੀ ਆ ਆਪਾਂ ਨੂੰ ਸੋਹਦੀ ਹੋਰ ਧੁੰਦਲਾ ਦੇਖਣ ਲੱਗ ਪੈਂਦਾ ਅ ਪੰਨੂ ਸਾਹਿਬ ਫਲੂਡ ਜਿਹਾ ਵੀ ਆਮ ਮਿਲਦਾ ਹੈ ਕਿ ਜਿਹੜਾ ਅਸੀਂ ਜਦੋਂ ਗੱਡ ਇਨਸਤੀ 35 ਡਿਗਰੀ ਟੈਂਪਰੇਚਰ ਹੁੰਦਾ ਉਹ ਕਹਿੰਦੇ ਉਹ 5-6 ਡਾਲਰ ਦੀ ਉਹ ਸ਼ੀਸ਼ੀ ਜਿਹਾ ਆਉਂਦੀ ਆ ਵੀ ਉਹ ਵੀ ਵਿੱਚ ਪਾ ਲੋ ਐਂਟੀ ਮਰਕਲ ਫ੍ਰੀਜ਼ਿੰਗ ਹੁੰਦਾ ਉਹ ਉਹਦੇ ਨਾਲ ਕੋਈ ਇੰਜਨ ਦੇ ਉੱਤੇ ਗੱਡੀ ਦੇ ਕੋਈ ਫਰਕ ਪੈਂਦਾ ਉਹਦੇ ਨਾਲ ਇਹ ਕਹਿੰਦੇ ਵੀ ਉਹ ਚੰਗਾ ਇੰਜਨ ਲਈ ਚੰਗਾ ਹੀ ਹੁੰਦਾ ਠੀਕ ਉਹਦੇ ਨਾਲ ਫਾਇਦਾ ਇਹ ਹੁੰਦਾ ਵੀ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਜੇ ਫਿਊਲ ਟੈਂਕ ਆਪਣਾ ਫਿਊਲ ਦਾ ਲੈਵਲ ਘਟਾ ਤੇ ਉਹਦੇ ਵਿੱਚ ਮੌਇਸਚਰ ਬਣ ਜਾਂਦਾ ਹੈ ਪਰ ਉਹ ਇੱਕ ਕਰਦਾ ਵੀ ਉਹ ਜਿਹੜਾ ਮੌਇਸਚਰ ਆ ਵੀ ਹੁੰਦਾ ਹਨਾ ਵਿੱਚ ਵਾਟਰ ਪਾਰਟੀਕਲਸ ਹੁੰਦੇ ਆ ਫ੍ਰੀਜ਼ ਨਹੀਂ ਹੁੰਦੇ ਤੇ ਇਹ ਜਿੰਨੀ ਵਾਰੀ ਫਿਰ ਆਪਾਂ ਗੈਸ ਪਾਈਏ ਓਨੀ ਵਾਰੀ ਉਹ ਪਾਉਣਾ ਚਾਹੀਦਾ ਜਾਂ 1 ਕਿਲੋ ਵਾਰੀ ਉਹਦੇ ਤੇ ਰეკਮੈਂਡਡ ਹੁੰਦਾ ਵੀ ਆਪਾਂ ਕਿੰਨੇ ਵੋਲਿਊਮ ਦੇ ਵਿੱਚ ਕਿੰਨਾ ਐਡ ਕਰਨਾ ਹੈ ਕਿ ਹਰੇਕ ਦਾ ਵੱਖੋ ਵੱਖਰਾ ਹੁੰਦਾ ਪੈਮਾਨਾ ਉਹਦਾ ਅੱਛਾ ਜੀ ਆਪਾਂ ਉਸ ਹਿਸਾਬ ਨਾਲ ਉਹਨੂੰ ਯੂਜ਼ ਕਰ ਸਕਦੇ ਹਾਂ ਜਦੋਂ ਆਪਾਂ ਡਰਾਈਵ ਕਰ ਰਹੇ ਹਾਂ ਘਰੋਂ ਨਿਕਲੇ ਫਾਰ ਐਗਜ਼ਾਮਪਲ ਨੂੰ ਪਤਾ ਵਿੱਚ ਹੀ 70 ਵੀ ਹੈਗੀ ਐ ਇੱਥੇ 80 ਵੀ ਹੈਗੀ ਐ 100 ਕਿਲੋਮੀਟਰ ਦੀ ਵੀ ਦਿੱਤੇ ਸਪੀਡ ਹੈਗੀ ਆ ਤੇ 110 ਵੀ ਹੈਗੀ ਆ ਹਾਂਜੀ ਅੱਜ ਕੱਲ ਦੀ ਸਿਚੁਏਸ਼ਨ ਦੇ ਅਕੋਰਡਿੰਗਲੀ ਆਈਡੀਅਲ ਸਪੀਡ ਤੇ ਆਈਡੀਅਲ ਗੈਪ ਕਿੰਨਾ ਚਾਹੀਦਾ ਇਹਨੇ ਵੇਖਣ ਨੂੰ ਬਹੁਤ ਕਈ ਵਾਰੀ ਜਦੋਂ ਸਟੂਡੈਂਟ ਨੂੰ ਸਿਖਾਈਦਾ ਅਸੀਂ ਸਾਡੇ ਕੋਲ ਆਉਂਦੇ ਆ ਹਨ ਟਰੱਕ ਵਾਲੇ ਸਟੂਡੈਂਟ ਸਪੈਸ਼ਲੀ ਜਦੋਂ ਆਉਂਦੇ ਆ ਕਿਉਂਕਿ ਉਹਨਾਂ ਕੋਲ ਕਾਰ ਦਾ ਲਾਇਸੈਂਸ ਆਲਰੇਡੀ ਹੁੰਦਾ ਅਸੀਂ ਉਹਨਾਂ ਨੂੰ ਕਈ ਵਾਰੀ ਇਦਾਂ ਦੇ ਕੁਐਸਚਨ ਪੁੱਛਦੇ ਆ ਵੀ ਫਾਲੋਇੰਗ ਡਿਸਟੈਂਸ ਕੀ ਚਾਹੀਦਾ ਸਪੀਡ ਕੀ ਹੁੰਦੀ ਆ ਸੁਣ ਕੇ ਹੈਰਾਨੀ ਹੁੰਦੀ ਆ ਵੀ ਬਹੁਤ ਲੋਕਾਂ ਨੂੰ ਨਹੀਂ ਅਧਿਓ ਜਿਆਦਾ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਫਾਲੋਇੰਗ ਡਿਸਟੈਂਸ ਕੀ ਚਾਹੀਦਾ ਆਪਣਾ ਤੇ ਇਹ ਮੇਨ ਕਾਰਨ ਆਪਣਾ ਐਕਸੀਡੈਂਟ ਦਾ ਜਿਹੜਾ ਫਾਲੋਇੰਗ ਡਿਸਟੈਂਸ ਹੁੰਦਾ ਸਭ ਤੋਂ ਵੱਡਾ ਕਾਰਨ ਹੈ ਇਹ ਆਪਾਂ ਜਦੋਂ ਨਾਰਮਲ ਕੰਡੀਸ਼ਨ ਚ ਆਈ ਜੇ ਆਪਾਂ ਕਾਰ ਚਲਾਉਨੇ ਆ ਫਾਲੋਇੰਗ ਡਿਸਟੈਂਸ ਚਾਹੀਦਾ 2 ਸੈਕਿੰਡ ਤੇ ਜਦੋਂ ਆਪਾਂ ਵੱਡਾ ਵਹੀਕਲ ਚਲਾਉਨੇ ਆ ਨਾਰਮਲ ਕੰਡੀਸ਼ਨ ਚ ਚਾਹੀਦਾ 4 ਸੈਕਿੰਡ ਪਹਿਲੀ ਗੱਲ ਤਾਂ ਇੱਥੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਆਪਾਂ ਨੂੰ ਸੈਕਿੰਡ ਚ ਕਿਉਂ ਚਾਹੀਦਾ ਕਿਉਂਕਿ ਵੈਸੇ ਆਪਾਂ ਡਿਸਟੈਂਸ ਜਦੋਂ ਮੇਅਰ ਕਰਦੇ ਆ ਆਪਾਂ ਮੀਟਰਾਂ 'ਚ ਕਰਦੇ ਆ ਫੁੱਟਾਂ 'ਚ ਕਰਦੇ ਆ ਪਰ ਇੱਥੇ ਆਪਾਂ ਨੂੰ ਸੈਕਿੰਡ 'ਚ ਮੇਅਰ ਕਰ ਰਹੇ ਨੇ ਇਹਦਾ ਮਤਲਬ ਇਹ ਵੀ ਜਿੱਥੇ ਪਹਿਲੀ ਕਾਰ ਹੈਗੀ ਆ ਆਪਾਂ ਉੱਥੇ ਕਿੰਨੇ ਟਾਈਮ 'ਚ ਪਹੁੰਚਾਂਗੇ ਇਹ ਨਾਰਮਲ ਕੰਡੀਸ਼ਨ ਚ ਆ ਪਰ ਜਦੋਂ ਇਦਾਂ ਦੇ ਹਾਲਾਤ ਹੋਣ ਆਪਾਂ ਨੂੰ ਇਸ ਤੋਂ ਵੀ ਵਧਾ ਲੈਣਾ ਚਾਹੀਦਾ ਆਪਾਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਵੀ ਆਪਣਾ ਇੰਨਾ ਗੈਪ ਚਾਹੀਦਾ ਵੀ ਆਪਣਾ ਵਾਹਨ ਉਹਦੇ ਵਿੱਚ ਰੁਕ ਜੇ ਮੈਂ ਜਦੋਂ ਸਵੇਰੇ ਘਰੋਂ ਤੁਰਦਾ ਨਾ ਅੱਜ ਮੈਂ 4-5 ਮਿੰਟ ਪਹਿਲਾਂ ਕਾਰ ਜਿਹੜੀ ਉਹ ਸਟਾਰਟ ਕਰ ਲਈ ਸੀ ਸਵੇਰੇ ਹਾਂਜੀ ਠੀਕ ਹੈ ਜੀ ਤੇ ਸਵਾਲ ਵੀ ਉਦੋਂ ਸਾਨੂੰ ਇਹ ਇੱਕ ਆਇਆ ਕਿ ਲਖਬੀਰ ਹੁਣ ਦਲਜੀ ਕਹਿੰਦੇ ਆ ਵੀ ਤੁਰਨ ਤੋਂ ਪਹਿਲਾਂ ਹਾਂਜੀ ਕਿੰਨੀ ਕੁ ਧੇਰ ਪਹਿਲਾਂ ਸਾਨੂੰ ਜਿਹੜੀ ਕਾਰ ਹੈ ਉਹ ਕਿੰਨਾ ਟਾਈਮ ਸਟਾਰਟ ਰੱਖਣੀ ਚਾਹੀਦੀ ਹੈ ਟਰੱਕ ਵੀ ਤੇ ਕਾਰ ਵੀ ਭਾਵੇਂ ਸਮਰਜ ਵੀ ਜਦੋਂ ਕਾਰ ਤੋਰਦੇ ਆਂ ਹਾਂਜੀ ਉਹਨੂੰ ਇੱਕ ਵਾਰੀ ਆਪਾਂ ਨੂੰ ਸਟਾਰਟ ਕਰਕੇ ਥੋੜਾ ਵਾਰਮ ਅਪ ਕਰ ਲੈਣਾ ਚਾਹੀਦਾ ਹੈ ਹੂੰ ਇਹਦੇ ਪਿੱਛੇ ਰੀਜ਼ਨ ਇਹ ਆ ਕਿ ਜਦੋਂ ਆਪਣਾ ਸਵੇਰ ਇੰਜਨ ਸਟਾਰਟ ਕਰਦੇ ਆਂ ਉਹਦੇ ਇੰਜਨ ਦੇ ਉੱਤੇ ਪਿਸਟਨ ਦੇ ਵਿੱਚ ਕੋਈ ਜਿਹੜਾ ਇੰਜਨ ਆਇਲ ਨਹੀਂ ਹੁੰਦਾ ਸਾਰਾ ਥੱਲੇ ਪੈਨਚ ਹੁੰਦਾ ਹੈ ਹੂੰ ਹੂੰ ਆਪਾਂ ਨੂੰ ਪੈਣਾ ਉਹਨੂੰ ਜਿਹੜਾ ਇੰਜਨ ਨੂੰ ਲੂਬਰੀਕੇਟ ਕਰਨ ਲਈ ਆਪਾਂ ਨੂੰ ਉਹਨੂੰ ਥੋੜਾ ਜਿਹਾ ਵਾਰਮ-ਅਪ ਕਰਨਾ ਪੈਂਦਾ ਹੈ। ਉਹਦੇ ਨਾਲ ਜਿਹੜੇ ਆਪਣੇ ਆਇਲ ਪ੍ਰੈਸ਼ਰ ਉਹ ਵੀ ਠੀਕ ਹੋ ਜਾਂਦੇ ਆ। ਜੀ 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 ਠੀਕ ਹੈ। ਪਰ ਜਦੋਂ ਆਪਾਂ ਵਿੰਟਰ 'ਚ ਸਟਾਰਟ ਕਰਦੇ ਆ ਇੰਜਨ ਆਲ ਦਾ ਟੈਂਪਰੇਚਰ ਹੋਰ ਕੱਟ ਹੁੰਦਾ ਹੈ। ਓਕੇ। ਤੇ ਉਹਦੋਂ ਫਿਰ ਆਪਾਂ ਨੂੰ ਇਹਨੂੰ ਜਿਆਦਾ ਸਟਾਰਟ ਕਰਨ ਦੀ ਲੋੜ ਆ ਮੋਸਟਲੀ ਜਿਹੜੀਆਂ ਗੈਸ ਵਾਲੀਆਂ ਕਾਰਾਂ ਇਹ 5 ਕੁ ਮਿੰਟ ਜ਼ਰੂਰੀ ਹੈ ਜਦੋਂ ਆਪਣੀ ਟੈਂਪਰੇਚਰ ਵਾਲੀ ਸੂਈ ਉੱਠ ਪੈਂਦੀ ਆ ਹਾਂ ਹਾਂ ਹੈਨਾ ਥੋੜੀ ਜੀ ਹੋ ਜਾਂਦੀ ਹੈ ਕੁਆਟਰ ਤੱਕ ਉਦੋਂ ਤੱਕ ਤਾਂ ਆਪਾਂ ਨੂੰ ਸਟਾਰਟ ਕਰਨੀ ਚਾਹੀਦੀ ਹੈ ਹੂੰ ਹੂੰ ਤੇ ਉਹਦੇ ਨਾਲ ਜਿਹੜਾ ਆਪਣਾ ਇੰਜਨ ਜਿਹੜਾ ਹੈਗਾ ਉਹ ਵੀ ਗਰਮ ਜਿਹੜਾ ਇੰਜਨ ਆਇਲ ਵੀ ਗਰਮ ਹੋ ਜਾਂਦਾ ਤੇ ਇੰਜਨ ਪ੍ਰੋਪਰਲੀ ਲੂਬ੍ਰੀਕੇਟ ਹੋ ਜਾਂਦਾ ਹੈ ਤੇ ਦੂਸਰਾ ਫਿਰ ਉਹਦੇ ਨਾਲ ਜਦੋਂ ਆਪਣਾ ਕੂਲੈਂਟ ਐਂਟੀਫ੍ਰੀਜ਼ ਉਹ ਵੀ ਗਰਮ ਹੋ ਜਾਂਦਾ ਤੇ ਕਾਰ ਜਿਹੜੀ ਹੀਟ ਆ ਉਹ ਵੀ ਪ੍ਰੋਪਰ ਚੱਲ ਪੈਂਦੀ ਹੈ ਠੀਕ ਆ ਇਹ ਤੇ ਕਾਰ ਦੀ ਗੱਲ ਇਹਦੇ ਹੈਗੇ ਆਪਣੀਆਂ ਕਾਰਾਂ ਵੀ ਜੇ ਡੀਜ਼ਲ ਵਾਲੀਆਂ ਕਾਰਾਂ ਹੁਣ ਉਹਨਾਂ ਨੂੰ ਆਪਾਂ ਨੂੰ ਜ਼ਿਆਦਾ ਟਾਈਮ ਸਟਾਰਟ ਕਰਨਾ ਪੈਂਦਾ ਏ ਓਕੇ 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 ਇਹ ਡੀਜ਼ਲ ਵਾਲੀ ਗੱਲ ਹੋ ਗਈ ਜਿਹੜਾ ਵੱਡਾ ਟਰੱਕ ਆ ਜੀ ਇਹਦਾ ਜਿਹੜਾ ਨਾਰਮਲ ਟੈਂਪਰੇਚਰ ਆ ਉਹ ਚਾਹੀਦਾ 175 ਤੋਂ 195 ਆਊਂਡ 200 ਫੈਰਨਾਈਟ ਇਹਦੇ ਵਿੱਚ ਚਾਹੀਦਾ ਠੀਕ ਇਹ ਆਪਾਂ ਨੂੰ ਇਹਦੇ ਵਿੱਚ ਵੀ ਇਹ ਹੁੰਦਾ ਵੀ ਘੱਟੋ ਘੱਟ ਆਪਣਾ 150 ਤੱਕ ਤਾਂ ਹੋਵੇ ਡੀਜ਼ਲ ਦੀ ਟੈਂਪਰੇਚਰ ਵਾਲੀ ਨੀਡਲ ਹੈਗੀ ਆ ਉਹਨੂੰ ਆਪਾਂ ਨੂੰ ਕਿਈ ਵਾਰੀ ਜ਼ਿਆਦਾ ਠੰਡੇ ਤਾਂ 15-20 ਮਿੰਟ ਜੀ ਪੀਐਸ ਜਿੰਨ ਜ਼ਿਆਦਾ ਵੀ ਰੱਖਣਾ ਪੈਂਦਾ ਹੈ ਹਮ ਆਇਡਲ ਸਿਚੁਏਸ਼ਨ ਜਿਹੜੀ ਉਹ 150 ਫਰਨੀਟ ਤੋਂ ਉੱਪਰ ਆ ਹਾਂਜੀ ਕਿਉਂਕਿ ਇਹਦੇ ਚ ਕੀ ਹੁੰਦਾ ਜਦੋਂ ਆਪਾਂ ਇਹਨੂੰ ਵਾਰਮ ਕਰਦੇ ਆ ਜੀ ਨਾਲੇ ਆਪਣਾ ਕਿਉਂਕਿ ਜਿੰਨਾ ਇੰਜਨ ਵੱਡਾ ਹੈ ਉਹਦੇ ਚ ਇੰਜਨ ਨਾਲੋਂ ਨਾ ਜ਼ਿਆਦਾ ਉਹਦੇ ਚ ਕੂਲੈਂਟ ਵੀ ਹੋਣਾ ਫਿਰ ਉਹਨਾਂ ਟਾਈਮ ਆਪ ਨੂੰ ਉਹਨਾਂ ਜਿਆਦਾ ਗਰਮ ਕਰਨਾ ਪੈਂਦਾ ਹੈ ਠੀਕ ਹੈ ਸੋ ਕਾਰਾਂ ਲਈ ਤੁਸੀਂ 5 ਮਿੰਟ ਦਾ ਆਇਡਲ ਟਾਈਮ ਲੈ ਕੇ ਚੋਣਦੇ ਹੋ ਵੀ ਇਹ ਨਾਕ ਤਾਂ ਚਾਹੀਦਾ ਹੈ ਠੀਕ ਹੈ ਤੇ ਇੱਕ ਸਵਾਲ ਕੈਬਿਨ ਫਿਲਟਰ ਜਿਹੜਾ ਉਹ ਸਾਨੂੰ ਕਦੋਂ-ਕਦੋਂ ਬਦਲਦੇ ਰਹਿਣਾ ਚਾਹੀਦਾ ਇਹਦੇ ਵਿੱਚ ਵੀ ਵੱਖੋ ਵੱਖਰਾਣਾ ਵੀ ਆਪਾਂ ਕਿਦਾਂ ਦੇ ਹਾਲਾਤ 'ਚ ਰਹਿੰਨੇ ਆ ਹਨ ਜੇ ਆਪਾਂ ਮੰਨ ਲਓ ਵੀ ਕਿਤੇ ਜਿਹੜੀਆਂ ਹੈਗੀਆਂ ਗ੍ਰੇਵਲ ਰੋਡਸ ਜਾਂ ਉਧਰ ਜਾਂਦੇ ਆ ਫਿਰ ਆਪਣਾ ਹਨਾ ਕੀ ਇਹ ਫਿਲਟਰ ਜਿਹੜੇ ਗੰਦੇ ਹੋ ਜਾਂਦੇ ਆ ਪਾੜ ਜਾਂਦੇ ਦਾ ਸਮਰਦੀ ਗੱਲ ਵੀ ਹੋ ਸਕਦੀ ਹੈ ਹਾਂਜੀ ਤੇ ਹੁਣ ਵਿੰਟਰ ਚ ਵੀ ਇਹ ਮੋਸਟਲੀ ਇਹ ਆ ਵੀ ਜਦੋਂ ਆਪਾਂ ਆਇਲ ਚੇਂਜ ਕਰਾਉਨੇ ਆ ਤਿੰਨ ਇੱਕ ਮਹੀਨੇ ਦਾ ਟਾਈਮ ਹੁੰਦਾ ਉਹਦੇ ਚ ਨਾ ਤਿੰਨ ਚਾਰ ਮਹੀਨਾ ਦਾ ਆਪਾਂ ਉਦੋਂ ਇਹਨੂੰ ਚੇਂਜ ਕਰਾ ਲਈਏ ਤਾਂ ਬਿਹਤਰ ਹੈ ਕਿਉਂਕਿ ਨਾ ਤਾਂ ਉਹ ਜਿਆਦਾ ਮਹਿੰਗਾ ਹੁੰਦਾ ਕਿਉਂਕਿ ਦੂਜਾ ਆਪਾਂ ਜਿਹੜੀ ਸਾਹ ਵੀ ਲੈਣਾ ਉਹ ਵੀ ਆਪਾਂ ਜਿਹੜੇ ਕਾਰ ਦੇ ਅੰਦਰ ਹਵਾ ਉਹਦੇ ਚੋਂ ਹੀ ਲੈਣਾ ਇੱਕ ਗੱਲ ਇਹ ਆਉਂਦੀ ਹੈ ਜਿਹੜੀ ਜਦੋਂ ਆਪਾਂ ਆਟੋਮੈਟਿਕ ਮੋਡ ਦੇ ਵਿੱਚ ਦੇਖੋ ਪੀ ਐਨ ਆਰ ਡੀ ਇਹ ਡਰਾਈਵ ਮੋਡ ਹੁੰਦਾ ਡੀ ਜਿਹੜਾ ਗিয়ার ਹੁੰਦਾ ਇਹਦੇ ਜੀ ਡੀ ਦੇ ਵਿੱਚ ਵੀ ਅੱਗੇ 3 2 1 ਇਹਦੇ ਗੀਅਰਸ ਲਿਖੇ ਹੁੰਦੇ ਆ ਇਹ ਇਹਨਾਂ ਦਾ ਕੀ ਕੰਮ ਹੁੰਦਾ ਜੀ ਇਹ ਜਿਹੜੇ 3 2 1 ਆ ਤੇ ਜਦੋਂ ਅਸੀਂ ਸਨੋਵ ਦੇ ਵਿੱਚ ਡਰਾਈਵ ਕਰਦੇ ਹੋਈਏ ਹਾਂਜੀ ਉਦੋਂ ਇਹ ਹੈਲਪਫੁਲ ਹੁੰਦੇ ਆ 3 2 1 ਹਾਂਜੀ ਹਾਂਜੀ ਉਦੋਂ ਬਹੁਤ ਹੈਲਪਫੁਲ ਹੁੰਦੇ ਆ ਜੀ ਕਿਉਂਕਿ ਜਿਹੜੇ ਆਪਣੀ ਆਟੋਮੈਟਿਕ ਕਾਰ ਵੀ ਆ ਆਟੋਮੈਟਿਕ ਟਰਾਂਸਮਿਸ਼ਨ ਉਹਦੇ ਵਿੱਚ ਪਰ ਉਹਦੇ ਵਿੱਚ ਫਿਰ ਵੀ ਗੇਅਰ ਹੁੰਦੇ ਆ ਜਦੋਂ ਆਪਾਂ ਡੀ ਚ ਹੁੰਨੇ ਆ ਉਹ ਪਹਿਲੇ ਗੇਅਰ ਤੋਂ ਸ਼ੁਰੂ ਕਰਦੀ ਆ ਤੇ ਟਾਪ ਗੇਅਰ ਤੱਕ ਆਪਣੇ ਆ ਪਹੁੰਚ ਜਾਂਦੀ ਆ ਅੱਛਾ ਜੀ ਠੀਕ ਹੈ ਜੀ ਤੇ ਜੇ ਆਪਾਂ ਉਹਨੂੰ 3ਰਡ ਗੇਅਰ ਚ ਉਹਨੂੰ ਮੰਨ ਲਓ ਆਪਾਂ 1 ਚ ਕਰ ਲਿਆ ਫਿਰ ਉਹਨੇ 1 ਚ ਹੀ ਰਹਿਣਾ ਉਹਨੇ ਉੱਤੇ ਨਹੀਂ ਜਾਣਾ ਜੇ ਆਪਾਂ ਉਹਨੂੰ 2 ਚ ਕਰ ਲਿਆ ਉਹਨੇ 1 ਤੋਂ ਸ਼ੁਰੂ ਹੋ ਕੇ 2 ਤੇ ਖੜ ਜਾਣਾ ਜੇ 3 ਤੋਂ ਤੱਕ ਆਪਾਂ ਕਰ ਲਿਆ ਉਹਨੇ 1 2 3 ਤੇ ਜਾਣਾ ਇਹਦੇ ਚ ਕੀ ਹੁੰਦਾ ਜਦੋਂ ਆਪਾਂ ਕਈ ਵਾਰੀ ਸਲਿਪਰੀ ਰੋਡ ਤੇ ਆਪਾਂ ਖੜੇ ਹਾਂ ਕਿਤੇ ਲਾਈਟਾਂ ਦੇ ਖਲੋਨੇ ਜਦੋਂ ਤੇ ਜਿਹੜੇ ਇੰਟਰਸੈਕਸ਼ਨ ਆ ਮੋਸਟਲੀ ਆ ਸਲਿਪਰੀ ਹੋ ਜਾਂਦੇ ਠੀਕ ਹੈ ਇਹਦੇ ਸਲਿਪਰੀ ਹੋਣ ਦਾ ਕਾਰਨ ਵੀ ਕੀ ਆ ਕਿਉਂਕਿ ਉੱਥੇ ਆ ਕੇ ਕਾਰਾਂ ਦੀਆਂ ਬ੍ਰੇਕਸ ਲੱਗਦੀਆਂ ਜਦੋਂ ਕਾਰਾਂ ਰੁਕਦੀਆਂ ਵਹੀਕਲ ਰੁਕਦੇ ਆ ਉਹਦੇ ਨਾਲ ਜਿਹੜੀ ਸਨੋ ਹੁੰਦੀ ਆ ਜੰਮ ਜਾਂਦੀ ਆ ਫਿਰ ਉੱਥੇ ਕੀ ਹੁੰਦਾ ਜਦੋਂ ਆਪਣੀ ਕਾਰ ਜਿਆਦਾ ਚਿਰ ਖਲੋਤੀ ਰਹਿੰਦੀ ਆ ਉਹਦੇ ਇੰਜਨ ਦਾ ਟੈਂਪਰੇਚਰ ਤੇ ਐਗਜ਼ੌਸਟ ਦਾ ਜਿਹੜਾ ਟੈਂਪਰੇਚਰ ਹੁੰਦਾ ਉਸ ਨੂੰ ਉਹਨੂੰ ਮੈਲਟ ਕਰ ਦਿੰਦਾ ਜਦੋਂ ਕਾਰ ਲੰਘ ਜਾਂਦੀ ਆ ਉਹ ਫਿਰ ਉਹ ਜਿਹੜਾ ਪਾਣੀ ਹੁੰਦਾ ਉਹ ਆਈਸ ਬਣ ਜਾਂਦਾ ਉਹ ਸਲਿੱਪਰੀ ਹੋ ਜਾਂਦੀ ਹੈ ਜਗਾ ਫਿਰ ਜਦੋਂ ਆਪਾਂ ਕੀ ਵਾਰੀ ਕਾਰ ਤੋੜਨ ਦੀ ਕੋਸ਼ਿਸ਼ ਕਰਦੇ ਆ ਮਾੜੀ ਜਿਹੀ ਹਿੱਲ ਹੋਵੇ ਕਾਰ ਚੱਲਦੀ ਨਹੀਂ ਉਹ ਟਾਇਰ ਸਪਿੰਨ ਕਰਦੇ ਰਹਿੰਦੇ ਆਪਾਂ ਉਹਨੂੰ ਤੋੜਨ ਲਈ ਹੋਰ ਜ਼ਿਆਦਾ ਐਕਸੈਲੇਟ ਕਰਦੇ ਆ ਜਿੰਨਾ ਹੋਰ ਉਹਨੂੰ ਆਪਾਂ ਐਕਸੈਲੇਟ ਕਰਾਂਗੇ ਟਾਇਰ ਉਨਾ ਸਪਿੰਨ ਕਰਦਾ ਉਦੋਂ ਕੀ ਹੁੰਦਾ ਵੀ ਆਪਾਂ ਉਹਨੂੰ ਹੌਲੀ ਹੌਲੀ ਤੋਰੀਏ ਉਸ ਕੇਸ 'ਚ ਕੀ ਆਪਾਂ ਉਹਨੂੰ ਫਿਰ ਪਹਿਲੇ ਗੇਅਰ 'ਚ ਕਰ ਲਓ ਕਾਰ ਨੂੰ ਫਿਰ ਜਦੋਂ ਆਪਾਂ ਉਹਨੂੰ ਰੇਸ ਦਿੰਨੇ ਆ ਉਹਦੇ ਟਾਇਰ ਜਿਆਦਾ ਤੇਜ਼ ਨਹੀਂ ਚੱਲਦੇ ਤੇ ਦੂਸਰਾ ਇਹ ਆ ਜਦੋਂ ਫਿਰ ਉਹਦੀ ਗ੍ਰਿਪ ਬਣਦੀ ਉਹ ਨਿਕਲਦੀ ਉਹ ਨਿਕਲਦੀ ਵੀ ਫਿਰ ਕੰਟਰੋਲਡ ਸਪੀਡ ਤੇ ਆ ਜੇ ਆਪਾਂ ਹਾਈ ਗੇਅਰ ਚ ਗਏ ਆਪਾਂ ਜਿਆਦਾ ਰੇਸ ਕਰਦੇ ਆ ਫਿਰ ਕੋਦਮ ਨਿਕਲ ਕੇ ਭਾਜ ਤੁਰਦੀ ਏ ਕਾਰ ਹੂੰ ਤੇ ਜਦੋਂ ਆਪਾਂ ਰੁਕਦੇ ਆ ਉਦੋਂ ਵੀ ਇਹ ਗੇਅਰ ਕਾਮਯਾਬ ਜਿਹੜੇ ਹੁੰਦੇ ਆਣੇ ਉਦਾਂ ਜੇ ਆਪਾਂ ਬ੍ਰੇਕ ਲਾਉਣੇ ਆ ਕਾਰ ਸਪਿੰਨ ਕਰ ਆਪਣੀ ਸਕਿਡ ਕਰਦੀ ਆ ਜੇ ਆਪਾਂ ਉਹਨੂੰ D ਤੋਂ 3 ਚ ਕਰ ਦਾਂਗੇ ਕਾਰਨ ਆਪੇ ਆਪਾਂ ਨੂੰ ਬ੍ਰੇਕ ਲਾਉਣ ਦੀ ਲੋੜ ਨਹੀਂ ਕਰ ਆਪਣੇ ਆਪ ਹੌਲੀ ਹੋ ਜੂਗੀ ਆਪਾਂ 2 ਚ ਕਰਾਂਗੇ 1 ਹੌਲੀ ਹੌਲੀ ਕਰਕੇ ਤੁਸੀਂ ਗੇਅਰ ਡਾਊਨ ਕਰ ਦੋ ਇਹ ਤੁਹਾਨੂੰ ਰੁਕਣ ਚ ਵੀ ਹੈਲਪ ਕਰਦੇ ਹੈ ਵੈਰੀ ਗੁੱਡ ਵੈਰੀ ਗੁੱਡ ਤੇ ਜਿਹੜੀਆਂ ਹਾਈਬ੍ਰਿਡ ਗੱਡੀਆਂ ਵੀ ਅੱਜ ਕੱਲ ਆਉਂਦੀਆਂ ਉਹਨਾਂ ਨੂੰ ਵੀ 5 ਮਿੰਟ ਸਵੇਰੇ ਸਟਾਰਟ ਕਰਨ ਦੀ ਲੋੜ ਆ ਜਾਂ ਉਹਨਾਂ ਦੀ ਉਹਦੇ ਵਿੱਚ ਵੀ ਤੁਹਾਨੂੰ ਹੁੰਦਾ ਵੀ ਤੁਹਾਨੂੰ ਕਿਉਂਕਿ ਹੀਟ ਤਾਂ ਚਾਹੀਦੀ ਹੈ ਇੰਜਨ ਤਾਂ ਉਹਦੇ ਵਿੱਚ ਵੀ ਹੈ ਜੀ ਜੀ ਕਿਉਂਕਿ ਉਹਦੀ ਵੀ ਬੈਟਰੀ ਹੈ ਨਾ ਤੁਹਾਨੂੰ ਵੀ ਹੂੰ ਹੂੰ ਸੋ 5 ਮਿੰਟ ਆਈਡੀਅਲ ਟਾਈਮ ਹੁੰਦਾ ਹੈ ਨਾਲੇ ਇਹ ਹੁੰਦਾ ਜਦੋਂ ਆਪਾਂ ਕਾਰ ਸਟਾਰਟ ਕਰਦੇ ਆ ਉਸ ਟਾਈਮ ਦੇ ਦਰਮਿਆਨ ਆਪਾਂ ਕੀ ਕਰ ਸਕਦੇ ਆਪਾਂ ਉਹਦੇ ਜਿਹੜੇ ਸ਼ੀਸ਼ੇ ਉਹਦੇ ਵਿੰਡਸ਼ੀਲ ਆ ਉਹਦੇ ਤੇ ਆਈਸ ਜੰਮੀ ਹੁੰਦੀ ਆ ਠੀਕ ਹੈ ਆਪਾਂ ਉਹਦੇ ਮਿਰਰ ਕਲੀਨ ਕਰ ਸਕਦੇ ਆ ਹੁਣ ਮੋਸਟਲੀ ਜਦੋਂ ਹੁਣ ਦੋ ਦਿਨਾਂ ਦਾ ਕੱਲ ਵੀ ਵੇਖਿਆ ਤੇ ਅੱਜ ਵੀ ਵੇਖਿਆ ਮੈਨੂੰ ਲੱਗਦਾ ਵੀ ਉਹਦੇੋਂ ਜ਼ਿਆਦਾ ਡਰਾਈਵਰ ਇਦਾਂ ਦੇ ਆ ਜਿਨ੍ਹਾਂ ਨੇ ਆਪਣੀ ਜਿਹੜੀ ਹੈ ਕਿ ਵਿੰਡਸ਼ੀਲ ਵੀ ਕਲੀਨ ਨਹੀਂ ਕੀਤੀ ਜਿਨ੍ਹਾਂ ਨੇ ਆਪਣੀਆਂ ਲਾਈਟਸ ਸਾਫ਼ ਨਹੀਂ ਕੀਤੀ ਠੀਕ ਹੈ ਜਿਨ੍ਹਾਂ ਦੇ ਮਿਰਰ ਕਲੀਨ ਨਹੀਂ ਕੀਗੇ ਤੇ ਲਾਇਸੈਂਸ 플레이ਟ ਤਾਂ ਬਹੁਤਿਆਂ ਦੀ ਵਿਜ਼ੀਬਲ ਨਹੀਂ ਹੂੰ ਹੁਣ ਜਦੋਂ ਅਸੀਂ ਵੇਖ ਹੀ ਨਹੀਂ ਸਕਦੇ ਅਸੀਂ ਕਿੰਨੇ ਕੁ ਰੋਡ ਤੇ ਸੇਫ ਆ ਬਿਲਕੁਲ ਠੀਕ ਹੈ ਜੀ ਇਹ ਇਹਦੇ ਤੇ ਟਿਕਟ ਵੀ ਹੈ ਆਈ ਬਲੀਵ ਜੀ ਹਾਂਜੀ ਹਾਂਜੀ ਇਹ ਤੇ ਟਿਕਟ ਵੀ ਹੈ ਜੇ ਤੁਹਾਡੇ ਮਿਰਰ ਨਹੀਂ ਕਲੀਨ ਤੁਹਾਡੀ ਵਿੰਡਸ਼ੀਲ ਨਹੀਂ ਕਲੀਨ ਜਾਂ ਤੁਹਾਡੀ ਲਾਇਸੈਂਸ 플레이ਟ ਵਿਜ਼ੀਬਲ ਹੈ ਨਹੀਂ ਇਹ ਦੀ ਟਿੱਕ ਟੂਰੀਆ ਕਿਉਂਕਿ ਵਿੰਡਸ਼ੀਲਡ ਦੀਆਂ ਤੇ ਕੱਲ ਮੇਰੇ ਨਾਲ ਇਹੋ ਜਿਹਾ ਮੈਂ ਬਹੁਤ ਦੇਖੀਆਂ ਗੱਡੀਆਂ ਜਿਨ੍ਹਾਂ ਚੋਂ ਮੈਂ ਹੈਰਾਨ ਸੀ ਕਿ ਉਹ ਡਰਾਈਵ ਕਿਦਾਂ ਕਰ ਰਹੇ ਆ ਬਿਲਕੁਲ ਬੜਾ ਔਖਾ ਸੀਗਾ ਇਹ ਕੰਮ ਤੇ ਹੁਣ ਆਪਾਂ ਥੋੜੇ ਜਿਹੇ ਜਿਹੜੇ ਸਾਡੇ ਵੱਡੇ ਟਰੱਕ ਨੇ ਟਰਾਂਸਪੋਰਟੇਸ਼ਨ ਵਾਲੇ ਟਰੱਕ ਇਹਨਾਂ ਦੀ ਗੱਲ ਕਰਦੇ ਕੱਲ ਇੱਕ ਘਟਨਾ ਵਾਪਰੀ ਇੱਕ ਟਰੱਕ ਜੈਕ ਨਾਈਫ ਹੋ ਗਿਆ ਸੀ ਇੱਥੇ ਕੈਲਗਰੀ ਦੇ ਬਾਹਰ ਤੇ ਕਾਫੀ ਧੀਰ ਜਿਹੜੀ ਟ੍ਰੈਫਿਕ ਰੁਕੀ ਰਹੀ ਉਹਦੇ ਕਰਕੇ ਅਪਾ ਦੇਖਦੇ ਆ ਤੁਹਾਡੇ ਤਜਰਬੇ ਅਨੁਸਾਰ ਜਦੋਂ ਅੱਜਕੱਲ ਦਾ ਮੌਸਮ ਆਉਂਦਾ ਤੇ ਆਮ ਜੈਕ ਨਾਈਫ ਹੁੰਦੇ ਆ ਟਰੱਕ ਖਾਲੀ ਟਰੱਕ ਜ਼ਿਆਦਾ ਹੁੰਦੇ ਆ ਜਾਂ ਲੋਡਡ ਹੁੰਦੇ ਜਾਂ ਜ਼ਿਆਦਾਤਰ ਖਾਲੀ ਟਰੱਕ ਜੈਕ ਨਾਈਫ ਹੁੰਦੇ ਆ ਜੀ ਅੱਛਾ ਜੀ ਇਹਦੇ ਪਿੱਛੇ ਕੀ ਕਾਰਨ ਆ ਜਦੋਂ ਆਪਾਂ ਟਰੱਕ ਦੀ ਬ੍ਰੇਕ ਲਾਉਨੇ ਆ ਜਿਹੜੇ ਟ੍ਰੇਲਰ ਹੁੰਦੇ ਆ ਖਾਲੀ ਹੁੰਦੇ ਆ ਉਹਨਾਂ ਦੇ ਟਾਇਰਾਂ ਦੇ ਉੱਤੇ ਕੋਈ ਵਜ਼ਨ ਨਹੀਂ ਹੁੰਦਾ weight ਨਹੀਂ ਹੁੰਦਾ ਫਿਰ ਉੱਥੇ ਟ੍ਰੈਕਸ਼ਨ ਕੱਟ ਹੁੰਦੀ ਆ ਜੇ ਜਿਹੜੀ ਗ੍ਰਿਪ ਹੁੰਦੀ ਹੈ ਟਾਇਰ ਤੇ ਰੋਡ ਦੇ ਵਿੱਚ ਉਹ ਘਟ ਹੁੰਦੀ ਹੈ ਜਦੋਂ ਆਪਾਂ ਬ੍ਰੇਕ ਲਾਉਣੇ ਆ ਜਿਹੜਾ ਟਰੱਕ ਆ ਉਹਦੀ ਬ੍ਰੇਕ ਲੱਗ ਜਾਂਦੀ ਉਹ ਟ੍ਰੈਕਸ਼ਨ ਉਹਦੀ ਤੇ ਟ੍ਰੇਲਰ ਪਿੱਛੇ ਘੁੰਮ ਜਾਂਦਾ ਹੈ ਹੂੰ ਤੇ ਕਈ ਵਾਰ ਜਿਹੜਾ ਜਿਹੜਾ ਟਰੈਕਟਰ ਦਾ ਵਿਚਲਾ ਪਾਰਟ ਹੁੰਦਾ ਜਿਹੜੇ ਟਰੈਕਟਰ ਦਾ ਡਰਾਈਵ ਐਕਸਲ ਆ ਆਪਣੇ ਉਹ ਵੀ ਘੁੰਮ ਜਾਂਦਾ ਇੱਕ ਹੁੰਦਾ ਟ੍ਰੇਲਰ ਜੈਕ ਨਾਈਫ ਇੱਕ ਹੁੰਦਾ ਟਰੈਕਟਰ ਜੈਕ ਨਾਈਫ ਜੇ ਟਰੈਕਟਰ ਘੁੰਮ ਜੇ ਟਰੈਕਟਰ ਜੈਕ ਨਾਈਫ ਉਹਦੇ ਜਿਹੜੇ ਡਰਾਈਵ ਐਕਸਲ ਉਹ ਘੁੰਮ ਜਾਂਦੇ ਨੇ ਵੀ ਸਟੀering ਐਕਸਲ ਛੇਤੀ ਰੁਕ ਗਿਆ ਪਿਛਲੇ ਨਹੀਂ ਰੁਕੇ ਹੂੰ ਹੂੰ ਤੇ ਅੱਗੇ ਜੇ ਆਪਾਂ ਹੁਣ ਦੇਖੀਏ ਮੈਨੂੰ ਇਹ ਦੱਸੋ ਜਿਹੜੇ ਟਰੱਕ ਡਰਾਈਵਰ ਆਪਣੀ ਕਮਿਊਨਿਟੀ ਹੈ ਜਣੀ ਹੁਣ ਜਦੋਂ ਉਹਨਾਂ ਨੇ ਤੁਰਨਾ ਹੈ ਅੱਜ ਕੱਲ ਜਦੋਂ ਤੇ ਉਹਨਾਂ ਨੂੰ ਤੁਰਨ ਤੋਂ ਪਹਿਲਾਂ ਟਰੱਕ ਦੇ ਵਿੱਚ ਕੀ ਕੁਝ ਜਿਹੜਾ ਉਹ ਜ਼ਰੂਰੀ ਦੇਖ ਲੈਣਾ ਚਾਹੀਦਾ ਆਲਮੋਸਟ ਸੇਮ ਹੀ ਹੈ ਜੋ ਆਪਾਂ ਨੂੰ ਕਾਰਾਂ 'ਚ ਚਾਹੀਦਾ ਹੈ ਉਹਨਾਂ ਨੂੰ ਜਿਹੜੀ ਉਹਨਾਂ ਦੀ ਬੈਟਰੀਜ਼ ਲਾਈਟਸ ਹਨਾ ਵੀ ਉਹ ਪ੍ਰੋਪਰ ਕੰਮ ਕਰਦੀਆਂ ਹੁਣ ਠੀਕ ਹੈ ਇੱਕ ਉਹਦਾ ਜਿਹੜਾ ਬਲੂਸ ਵਗੈਰਾ ਚੈੱਕ ਕਰਕੇ ਚੱਲਣ ਤੇ ਸਭ ਤੋਂ ਇੰਪੋਰਟੈਂਟ ਚੀਜ਼ ਟਰੱਕਾਂ 'ਚ ਆਉਂਦੀ ਆ ਟਰੱਕਾਂ 'ਚ 에ਅ ਬ੍ਰੇਕਸ ਹੁੰਦੀ ਆਏ ਤੋਂ ਉਹਨਾਂ ਨੂੰ ਮੇਕ ਸ਼ੋਰ ਵੀ ਉਹਨਾਂ ਦੇ ਜਿਹੜਾ 에ਅ ਬ੍ਰੇਕਸ ਦੇ ਕੰਪੋਨੈਂਟਸ ਆ ਉਹ ਠੀਕ ਕੰਮ ਕਰਦੇ ਆ ਕੰਪ੍ਰੈਸ਼ਨ ਜਿਹੜਾ ਉਹ ਠੀਕ ਆ 에ਅ ਡਰਾਈ ਠੀਕ ਆ ਗਵਰਨਰ ਆ ਜਿਹਨੇ ਟੈਂਪ ਉਹਦਾ ਪ੍ਰੈਸ਼ਰ ਕੰਟਰੋਲ ਕਰਨਾ ਜਾਂ ਆਪਾਂ ਇਹਦੇ ਵਿੱਚ ਜਿਹੜਾ ਮੌਇਸਚਰ ਹੁੰਦਾ 에ਅ ਦੇ ਵਿੱਚ ਉਹ ਫ੍ਰੀਜ਼ ਹੋ ਜਾਂਦਾ ਆਪਾਂ ਨੂੰ ਇਹਦੇ ਵਿੱਚ ਅਲਕੋਹਲ ਇੰਜੈਕਟਰ ਵੀ ਪਾਉਣੇ ਪੈਂਦੇ ਆ ਬ੍ਰੇਕ ਐਂਡੀ ਫ੍ਰੀਜ਼ ਹੁੰਦੇ ਆ ਤੇ ਜਿਹੜੀਆਂ ਆਪਣੀਆਂ ਇਹਨਾਂ ਦੀਆਂ ਲਾਈਨਸ ਹੁੰਦੀਆਂ 에어ਲਾਈਨ ਜਦੋਂ ਆਪਾਂ ਟਰੈਕਟਰ ਟੇਲਰ ਕਨੈਕਟ ਕਰਦੇ ਆ ਉਹ ਲਾਈਨ ਪ੍ਰੋਪਰਲੀ ਕਨੈਕਟਡ ਹੋਣ ਜਿਹੜੇ ਉਹਨਾਂ ਦੇ ਵਿੱਚ ਰਬੜ ਗੈਸਕਟ ਹੁੰਦੇ ਆ ਸੀਲਸ ਹੁੰਦੀਆਂ ਉਹ ਠੀਕ ਹੋਣ ਵੀ ਉੱਥੋਂ 에어 ਨਾਲ ਲੀਕ ਕਰਦੀ ਹੋਵੇ ਹਾਂ 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 ਇਹ ਚੀਜ਼ਾਂ ਦਨ ਦੇਣਾ ਜ਼ਰੂਰੀ ਹੈ ਹੁਣ ਜਦੋਂ ਆਪਾਂ ਚੱਲ ਰਹੇ ਆ ਪਹਿਲਾਂ ਚੱਲ ਰਹੇ ਸੀ ਉਦੋਂ ਤੇ ਮੌਸਮ ਬਿਲਕੁਲ ਸਾਫ਼ ਸੀ ਪਰ ਇੱਕਦਮ ਰਸਤੇ ਦੇ ਵਿੱਚ ਹਿਲੀ ਟਰੇਨ ਵੀ ਆ ਗਈ 스ਨੋ ਪੈਣੀ ਸ਼ੁਰੂ ਹੋ ਗਈ ਤੇ ਫੇਰ ਅੱਗੇ ਜਾ ਕੇ ਆਪਾਂ ਕਿਤੇ ਰੁਕ ਰਹੇ ਆ ਉਥੇ ਤੇ ਰੁਕ ਕੇ ਸਾਨੂੰ ਉਦੋਂ ਇਨਸਟੈਂਟਲੀ ਸਭ ਤੋਂ ਪਹਿਲਾਂ ਗੱਡੀ ਦੇ ਵਿੱਚ ਕੀ ਉਥੇ ਚੈੱਕ ਕਰਨਾ ਚਾਹੀਦਾ ਜੀ ਆਪਣਾ ਹੈਗਾ ਵੀ ਸਰਕਲ ਆਪਾਂ ਚੈੱਕ ਕਰਦੇ ਆ ਟਰੱਕ ਦੇ ਦੁਆਲੇ ਵੀ ਆਪਣਾ ਸਭ ਕੁਝ ਠੀਕ ਆ ਕੋਈ ਲੀਕਿੰਗ ਤਾਂ ਨਹੀਂ ਹੋ ਰਹੀ ਆਪਣੇ ਟਾਇਰ ਜਿਹੜੇ ਆ ਠੀਕ ਆ ਬ੍ਰੇਕਸ ਆਪਣੀਆਂ ਠੀਕ ਹੈਗੇ ਕੰਪੋਨੈਂਟ ਜਿਹੜੇ ਆਪਣੀਆਂ ਬ੍ਰੇਕਸ ਦੀਆਂ 에어ਲਾਈਨਸ ਉਹ ਠੀਕ ਨੇ ਇਹ ਚੀਜ਼ਾਂ ਆਪਣੇ ਦੇਖਣੀਆਂ ਜ਼ਰੂਰੀ ਆ ਬਾਕੀ ਇਹ ਹੁੰਦਾ ਅੱਜ ਕੱਲ ਜਿਹੜੇ ਆਪਣੇ ਵਾਈਪਰਸ ਬਲੇਡ ਆ ਉਹਨਾਂ ਤੇ 스노ਵ ਲੱਗ ਜਾਂਦੀ ਆ ਵਿਜ਼ਿਬਿਲਟੀ ਉਹਦੇ ਨਾਲ ਘਟ ਜਾਂਦੀ ਆ ਉਹ ਪ੍ਰੋਪਰ ਕਲੀਨ ਨਹੀਂ ਕਰਦੇ ਉਹ ਸਾਫ਼ ਕਰਨੇ ਚਾਹੀਦੇ ਜਿਹੜੀਆਂ ਚੇਨਾ ਪਾਉਣ ਦੀ ਲੋਡ ਪੈਂਦੀ ਆ ਜੇ ਆਮ ਆਪਾਂ ਦੇਖਦੇ ਆ ਕਿ ਟ੍ਰੱਕਰਸ ਚੇਨਾ ਵਗੈਰਾ ਪਾਉਂਦੇ ਨੇ ਇਹ ਕਦੋਂ ਪੈਂਦੀ ਆ ਲੋਡ ਇਹ ਜਦੋਂ ਜ਼ਿਆਦਾ ਸਲਿੱਪਰੀ ਹੁੰਦਾ ਤੇ ਆਪਾਂ ਹਿੱਲ ਚੜਦੇ ਆ ਜਾਂ ਉਤਰਦੇ ਆ ਉਦੋਂ ਇਹਦੀ ਜ਼ਰੂਰਤ ਪੈਂਦੀ ਆ ਹਮ ਹਮ ਤੇ ਉਹਦੇ ਵਿੱਚ ਵੀ ਆਪਾਂ ਨੂੰ ਇੱਕ ਹੁੰਦਾ ਵੀ ਜਿਹੜੇ ਆਪਾਂ ਨੂੰ ਪ੍ਰੋਪਰ ਚੇਂਜ ਪਾਉਣੀਆਂ ਆਉਂਦੀਆਂ ਹੋਣ ਜੀ ਤੇ ਉਹ ਪ੍ਰੋਪਰਲੀ ਇੰਸਟਾਲਡ ਹੋਣ ਟਾਈਟ ਹੋਣ ਤੇ ਉਦੋਂ ਆਪਣੀ ਸਪੀਡ ਘੱਟ ਹੋਣੀ ਚਾਹੀਦੀ ਹੈ ਤੇ ਦੂਸਰਾ ਜੇ ਵੈਦਰ ਬਹੁਤ ਬੈਡ ਆ ਤੇ ਉਦੋਂ ਆਪਾਂ ਨੂੰ ਇਹ ਵੀ ਅਵਾਇਡ ਕਰੀਏ ਆਪਾਂ ਨਾ ਵੀ ਵੀ ਟਰੈਵਲ ਕਰਨਾ ਹੈ ਹਾਂਜੀ ਹਾਂਜੀ ਠੀਕ ਹੈ ਤੇ ਟਾਇਰ ਪ੍ਰੈਸ਼ਰ ਵੀ ਜ਼ਰੂਰ ਮੈਟਰ ਕਰਦਾ ਹੋ ਭਾਵੇਂ ਉਹ ਕਾਰਾਂ ਦਾ ਹੋਵੇ ਭਾਵੇਂ ਉਹ ਟਰੱਕਾਂ ਦਾ ਹੋਵੇ ਸਰਦੀਆਂ ਗਰਮੀਆਂ ਦੇ ਵਿੱਚ ਇਹ ਛੋਟੀਆਂ ਵੱਡੀਆਂ ਗੱਲਾਂ ਦਾ ਮੇਰੇ ਖਾ ਪਿਕਅਪ ਦਾ ਵੱਖਰਾ ਜਾਂ ਕਾਰਾਂ ਦਾ ਵੱਖਰੇ ਤੇ ਵੱਡੇ ਟਰੱਕਾਂ ਦਾ ਟਾਇਰ ਪ੍ਰੈਸ਼ਰ ਇਹਦੇ ਬਾਰੇ ਕੀ ਹੈ ਟਾਇਰ ਪ੍ਰੈਸ਼ਰ ਤੇ ਟਾਇਰ ਥ੍ਰੈਡ ਬਹੁਤ ਜ਼ਰੂਰੀ ਆ ਜਿੰਨਾ ਆਪਣਾ ਟਾਇਰ ਦੀ ਥ੍ਰੈਡ ਜ਼ਿਆਦਾ ਹੋਊਗੀ ਉਨੀ ਆਪਣੀ ਟ੍ਰੈਕਸ਼ਨ ਜ਼ਿਆਦਾ ਹੋਣੀ ਹੈ ਤੇ ਉਹਦੇ ਨਾਲ ਜਿਹੜਾ ਉਹਦਾ ਪ੍ਰੈਸ਼ਰ ਆ ਉਹ ਵੀ ਬਹੁਤ ਜ਼ਰੂਰੀ ਆ ਹਰ ਟਾਇਰ ਦਾ ਪ੍ਰੈਸ਼ਰ ਡਿਫਰੈਂਟ ਹੁੰਦਾ ਹੈ ਜਿਸ ਤਰ੍ਹਾਂ ਦਾ ਟਾਇਰ ਹੋਵੇ ਆਪਾਂ ਨੂੰ ਜਿਹੜਾ ਉਹਦਾ ਮੈਨੂਫੈਕਚਰ ਉਹ ਰეკਮੈਂਡ ਕਰਦੇ ਆ ਹਨਾ ਜਨ ਟਾਇਰ ਦੀ ਵਾਲ ਤੇ ਵੀ ਲਿਖਾ ਹੁੰਦਾ ਵੀ ਆਪਾਂ ਨੂੰ ਕਿੰਨਾ ਪ੍ਰੈਸ਼ਰ ਚਾਹੀਦਾ ਉਸੇ ਹਿਸਾਬ ਨਾਲ ਆਪਾਂ ਨੂੰ ਪ੍ਰੈਸ਼ਰ ਚਾਹੀਦਾ ਬਾਕੀ ਜਦੋਂ ਆਪਣਾ ਟੈਂਪਰੇਚਰ ਵੱਧਦਾ ਘਟਦਾ ਉਹਦੇ ਨਾਲ ਜਿਹੜਾ ਟਾਇਰ ਦਾ ਪ੍ਰੈਸ਼ਰ ਉਹ ਵੀ ਵੱਧਦਾ ਘਟਦਾ ਹੈ ਜੇ ਆਪਾਂ 10 ਡਿਗਰੀ ਜਦੋਂ ਆਪਣਾ ਟੈਂਪਰੇਚਰ ਵੱਧਦਾ ਤਾਂ ਆਪਣਾ 1 ਪੀਐਸਆਈ ਜਿਹੜਾ ਪ੍ਰੈਸ਼ਰ ਵੱਧ ਜਾਂਦਾ ਜਿਹੜੀ 에ਅ ਐਕਸਪੈਂਡ ਹੁੰਦੀ ਹੈ ਗਰਮੀ ਨਾਲ ਤੇ ਜੇ ਆਪਣਾ 10 ਡਿਗਰੀ ਟੈਂਪਰੇਚਰ ਘਟਦਾ ਤਾਂ 에ਅ ਸ਼੍ਰਿੰਕ ਹੋ ਜਾਂਦੀ ਆ ਤੇ ਉਹਦੇ ਨਾਲ 1 ਪੀਐਸਆਈ ਪ੍ਰੈਸ਼ਰ ਘਟ ਜਾਂਦਾ ਤਾਂ ਘਰ ਕੇ ਆਪਾਂ ਮੋਸਮੀ ਜਦੋਂ ਵਿంటర్ ਚ ਆਪਾਂ ਵੇਖਾਂਗੇ ਆਪਾਂ ਦੇਖਦੇ ਆਂ ਵੀ ਕਾਰਾਂ ਦੇ ਟਾਇਰਾਂ ਚ ਆਪਾਂ ਨੂੰ ਪ੍ਰੈਸ਼ਰ ਜਿਹੜਾ ਘੱਟ ਲੱਗਦਾ ਉੱਥੇ ਥੱਲੇ ਆਪਾਂ ਨੂੰ ਬਲਜ ਜੇ ਬਣੇ ਲੱਗਦੇ ਆ ਜਦੋਂ ਸਮਝ ਲਓ ਹੁਣ ਪਲੱਸ 10 ਸੀਗਾ ਪਰਸੋਂ ਟੈਂਪਰੇਚਰ ਅੱਜ ਮਾਈਨਸ 10 ਆ ਸੋ ਦੋ ਜਿਹੜੀਆਂ ਦੋ ਪੀਐਸਆਈ ਜੇ ਪ੍ਰੈਸ਼ਰ ਘਟ ਗਿਆ ਤੇ ਆਪਾਂ ਉਹ ਭਰ ਲਿਆ ਤੇ ਕੱਲ ਨੂੰ ਫੋਰ ਐਗਜ਼ਾਮਪਲ ਕੈਲਗਰੀ ਜਿੱਤੇ ਇੱਕ ਦਿਨ ਚ 30 30 ਡਿਗਰੀ ਦੀ ਵੇਰੀਏਸ਼ਨ ਹੋ ਜਾਂਦੀ ਆ ਫਿਰ ਜੇ ਉਹ ਵੱਧ ਗਿਆ ਟੈਂਪਰੇਚਰ ਤੇ ਜਿਹੜੀ ਹਵਾ ਫਿਰ ਹੋਰ ਜ਼ਿਆਦਾ ਨਹੀਂ ਹੋ ਚੁੱਕੀ ਆ ਔਟੋਮੈਟਿਕਲੀ ਨਹੀਂ ਇੰਨਾ ਉਹ ਦਿਨ ਜੇ ਆਪਾਂ ਆਲਰੇਡੀ ਜਿੰਨਾ ਰਿਕਮੈਂਡਡ ਪ੍ਰੈਸ਼ਰ ਆ ਜੀ ਉਸ ਤੋਂ ਬਹੁਤ ਜ਼ਿਆਦਾ ਘਟਾ ਤੇ ਜਦੋਂ ਠੰਡ ਘਟ ਵਧਦੀ ਆ ਆਪਣੀ ਟੈਂਪਰੇਚਰ ਹੋਰ ਘਟਦਾ ਫਿਰ ਉਹਦੇ ਨਾਲ ਜ਼ਿਆਦਾ ਫਰਕ ਪੈਂਦਾ ਹਾਂ 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 ਜੇ ਆਲਰੇਡੀ ਜੇ ਆਪਾਂ ਨੂੰ 100 ਚਾਹੀਦਾ ਤੇ ਪਹਿਨਾ ਹੀ 95 ਹੋਵੇ ਤੇ ਜਦੋਂ ਘਟ ਗਿਆ ਥੋੜਾ ਬਹੁਤਾ ਤਾਂ ਫਲਕਚੂਏਟ ਕਰਦਾ ਹੀ ਰਹਿੰਦਾ ਟੈਨ ਜੀ 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 ਵਿੰਟਰ ਸੀਜ਼ਨ ਆ ਗਿਆ ਕੁੱਲ ਮਿਲਾ ਕੇ ਬਹੁਤ ਸਾਰੇ ਨਵੇਂ ਡਰਾਈਵਰਸ ਵੀ ਇੱਥੇ ਆਏ ਨੇ ਜਿਨ੍ਹਾਂ ਦੀ ਇਹ ਪਹਿਲੀ ਵਿੰਟਰ ਹੋਣੀ ਆ SNOW ਪਹਿਲੀ ਹੋਣੀ ਉਹਨਾਂ ਦੀ ਉਹਨਾਂ ਨੂੰ ਤੁਸੀਂ ਕੀ ਟਿਪਸ ਕੀ ਦੋਗੇ ਸਭ ਤੋਂ ਜ਼ਰੂਰੀ ਤਾਂ ਇਹ ਹੈ ਵੀ ਪਹਿਲਾਂ ਤਾਂ ਵਹੀਕਲ ਰੈਡੀ ਹੋਵੇ ਉਹਨਾਂ ਦੇ ਜੋ ਆਪਾਂ ਗੱਲਾਂ ਕੀਤੀਆਂ ਵੀ ਸਭ ਉਹ ਧਿਆਨ ਰੱਖਿਆ ਹੋਵੇ ਦੂਸਰਾ ਵੀ ਹਰੇਕ ਜਿਹੜਾ ਵਹੀਕਲ ਉਹ ਆਪਣੇ ਹਿਸਾਬ ਨਾਲ ਚੱਲਦਾ ਹੈ ਤੇ ਵਹੀਕਲ ਆਪਾਂ ਕਈ ਵਾਰੀ ਆਪਣੇ ਵੇਖਣ ਨੂੰ ਵਹੀਕਲ ਸੇਮ ਹੁੰਦਾ ਹੈ ਜੇ ਸੇਮ ਮੇਕ ਸੇਮ ਕਾਰ ਹੁੰਦੀ ਆ ਪਰ ਆਪਾਂ ਨੂੰ ਲੱਗਦਾ ਵੀ ਜੇ ਉਹ ਤੇਜ਼ ਜਾ ਰਿਹਾ बैड ਵੈਦਰ ਤੇ ਮੈਂ ਵੀ ਤੇਜ਼ ਜਾ ਸਕਦਾ ਇਹ ਜ਼ਰੂਰੀ ਨਹੀਂ ਦੂਜੇ ਵਹੀਕਲ ਦੇ ਜਿਹੜੇ ਟਾਇਰ ਆ ਉਹ ਤੋਂ ਇੱਕ ਵ ਇੱਕ ਨਾਲੋਂ ਬੈਟਰ ਹੋ ਸਕਦਾ ਮੇਬੀ ਉਹਦੇ ਸਨੋ ਟਾਇਰ ਪਾਈ ਹੋਣ ਆਪਣੇ ਕੋਲ 올 ਵੈਦਰ ਜਿਹੜੇ ਟਾਇਰ ਹੁੰਦੇ ਆ ਜਾਂ ਡਰਾਈਵਰ ਦਾ ਐਕਸਪੀਰੀਅੰਸ ਵੀ ਮੈਟਰ ਕਰਦਾ ਇਹਦੇ ਵਿੱਚ ਕਿਦਾਂ ਦਾ ਹੈਗਾ ਤੇ ਇਹਦੇ ਚ ਇਹ ਵੀ ਜ਼ਰੂਰੀ ਆ ਵੀ ਜੇ ਇੱਕ ਬੰਦਾ ਰਿਸਕ ਲੈ ਰਿਹਾ ਤੇ ਜ਼ਰੂਰੀ ਨਹੀਂ ਵੀ ਆਪਾਂ ਵੀ ਉਹਦੇ ਮਗਰ ਰਿਸਕ ਲਈਏ ਆਪਾਂ ਨੂੰ ਆਪਣੇ ਵਹੀਕਲ ਦੇ ਹਿਸਾਬ ਨਾਲ ਆਪਣੀਆਂ ਕੰਡੀਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਹਮ ਸਭ ਤੋਂ ਜ਼ਰੂਰੀ ਇਹ ਆ ਤੇ ਆਪਾਂ ਨੂੰ ਐਕਸਟਰਾ ਟਾਈਮ ਲੈ ਕੇ ਚੱਲਣਾ ਚਾਹੀਦਾ ਤੇ ਸਭ ਤੋਂ ਜ਼ਰੂਰੀ ਪੇਸ਼ੈਂਸ ਆ ਵੀ ਕਈ ਵਾਰੀ ਅਗਲਾ ਹੌਲੀ ਜਾਂਦਾ ਹਨਾ ਜੋ ਡਰਦਾ ਤਾਂ ਹੀ ਹੌਲੀ ਜਾਂਦਾ ਤੇ ਆਪਾਂ ਨੂੰ ਉਹਨੂੰ ਹੋਰ ਨਹੀਂ ਡਰਾਉਣਾ ਚਾਹੀਦਾ ਲੋਕੀ ਉਹਦੇ ਬਿਲਕੁਲ ਟੇਲ ਗੇਟਿੰਗ ਕਰਨ ਲੱਗ ਪੈਂਦੇ ਆ ਟੇਲ ਗੇਟਿੰਗ ਕਦੇ ਨਾ ਕਰੋ ਕਿਉਂਕਿ ਜੇ ਅਗਲੇ ਵਹੀਕਲ ਨੇ ਕੰਟਰੋਲ ਲੂਜ਼ ਕਰ ਲਿਆ ਕਈ ਵਾਰ ਜਦੋਂ ਡਰਦਾ ਬੰਦਾ ਉਹ ਜ਼ਿਆਦਾ ਕੰਟਰੋਲ ਲੂਜ਼ ਕਰਦਾ ਹੂੰ ਹੂੰ ਠੀਕ ਹੈ ਸਟੀering ਤੇ ਦੋਨੋਂ ਹੱਥੇ ਚਾਹੀਦੇ ਆ ਫੋਨ ਘੱਟ ਯੂਜ਼ ਕਰਨਾ ਹੀ ਨਹੀਂ ਚਾਹੀਦਾ ਤੇ ਸਟੀering ਨੂੰ ਕਦੇ ਟਾਈਟਲੀ ਨਾ ਫੜੋ ਆਪਾਂ ਜਦੋਂ ਕਈ ਵਾਰੀ ਜ਼ਿਆਦਾ ਧਿਆਨ ਨਾਲ ਸੀਟ ਬਿਲਕੁਲ ਅੱਗੇ ਕਰਕੇ ਬਹਿ ਜਾਂਦੇ ਆਂ ਵੀ ਆਪਣੇ ਵੱਲੋਂ ਜ਼ਿਆਦਾ ਧਿਆਨ ਦਿੰਨੇ ਉਹਦੇ ਨਾਲ ਆਪਣਾ ਜਿਹੜਾ ਵਿਜ਼ਨ ਵੀ ਘਟ ਜਾਂਦਾ ਟਨਲ ਵਿਜ਼ਨ ਬਣ ਜਾਂਦਾ ਆਪਾਂ ਨੂੰ ਆਸੇ ਪਾਸੇ ਨਹੀਂ ਦੇਖਦਾ ਇੱਕ ਚੀਜ਼ ਦੱਸਿਓ ਗੱਡੀ ਸਕਿਡ ਕਰ ਜਾਂਦੀ ਹੈ ਜਦੋਂ ਕੋਈ ਰੀ ਇੱਥੇ ਬ੍ਰੇਕ ਤੇ ਆਪਾਂ ਜਾ ਸਿੱਧੇ ਰਹੇ ਆਂ ਬ੍ਰੇਕ ਮਾਰੀ ਤੇ ਪਿਛਲੇ ਪਾਸਿਓਂ ਗੱਡੀ ਜਿਹੜੀ ਹੈ ਸੱਜੇ ਪਾਸੇ ਨੂੰ ਫੋਰ ਐਗਜ਼ਾਮਪਲ ਸਕਿਡ ਕਰ ਗਈ ਉਦੋਂ ਕੀ ਕਰੀਏ ਕੁਇਕਲੀ ਜਿਸਨੂੰ ਆਪਾਂ ਲੈ ਕੇ ਜਾਣੀ ਆ ਕਾਰ ਆਪਾਂ ਨੂੰ ਉਦੋਂ ਨੂੰ ਸਟੀਅਰ ਕਰਨਾ ਚਾਹੀਦਾ ਹੈ ਤੇ ਆਪਾਂ ਜੇ ਉਦੋਂ ਐਕਸਲੇਰੇਟ ਕਰ ਰਹੇ ਆ ਐਕਸਲੇਰੇਟ ਨਹੀਂ ਕਰਨਾ ਚਾਹੀਦਾ ਆਪਣੀ ਜਦੋਂ ਕਾਰ ਆ ਜ਼ਿਆਦਾਤਰ ਤਿੰਨ ਕੰਡੀਸ਼ਨ ਚ 스ਕਿਡ ਕਰਦੀ ਹੈ ਨਾ ਜਦੋਂ ਆਪਾਂ ਬ੍ਰੇਕ ਲਾਉਣੇ ਆ ਆਪਾਂ ਐਕਸਲੇਰੇਟ ਕਰਦੇ ਆ ਆਪਾਂ ਉਹਦੀ ਗੈਸ ਪੈਡਲ ਪ੍ਰੈਸ ਕਰਦੇ ਆ ਤੇ ਜਾਂ ਆਪਾਂ ਟਰਨ ਕਰਦੇ ਆ ਪਹਿਲੀ ਗੱਲ ਜੋ ਵੀ ਆਪਾਂ ਕਰ ਰਹੇ ਆ ਉਹਨੂੰ ਥੋੜਾ ਜਿਹਾ ਕੰਟਰੋਲਡ ਵਿੱਚ ਕਰੀਏ ਕਦੇ ਹਾਰਡ ਬ੍ਰੇਕ ਨਾ ਲਾਓ ਤੇ ਉਦੋਂ ਹੁੰਦਾ ਵੀ ਤੁਸੀਂ ਜਿੱਧਰ ਜਾਣਾ ਤੁਹਾਡਾ ਸਟੀering ਉਧਰ ਨੂੰ ਟਰਨ ਕਰੋ ਜੇ ਵਹੀਕਲ 스ਕਿਡ ਕਰ ਗਿਆ ਬਿਲਕੁਲ ਠੀਕ ਹੈ ਪੰਨੂ ਸਾਹਿਬ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਲਿਸਨਰਸ ਨੂੰ ਦਿੱਤੀ ਹੈ ਜੀ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਸ਼ੁਕਰੀਆ ਬਹੁਤ ਮਿਹਰਬਾਨ ਜੀ।